जस टीवी देख रहे हो तुसीं, मैं केपी सिंह टू द पॉइंट में तुहाड़ा स्वागत करता। श्री अकाल तख्त साहब दे जथेदार ने एक प्रैस रिलीज़ दिती है। उस प्रैस रिलीज़ दे विच इह कहा गया कि जिहड़ियां निजी जथेबंदियां हैगियां जिहड़ियां संगत नाल धक्केशाही करदियां उहनां नूं ताड़ना कीती गई है, वह बाज आ जाण। उहनां खिलाफ़ पहलां भी शिकायतां आईआं होईआं, उहनां दी जांच चल रही है। यह मामला उठाया सीगा प्रिंसीपल जसवंत सिंह दे घरों, जदों सत्कार कमेटी जिन्हां दा जिक्र किया जा रहा है उन्होंने बीड साहब नूं जबरी चुक लिया सी। उन्होंने इस मामले में आपो अपने तर्क दिते है। प्रिंसीपल जसवंत सिंह हरा ने इस पूरे मामले की शिकायत की। यह मामला मीडिया में भी नशर होया पर बहुते वड्डे हिस्से में नशर नहीं होया, बहुत घट हिस्से में नशर होया। पर इस ते किन्नी संजीदगी लई श्री अकाल तख्त साहब के जथेदार ने, सवाल यह भी होगा। सवाल यह भी होगा कि संगत नाल धक्केशाही इस तो पहला भी हुंदी हुई है, उसका की बनिया, उस बारे शिकायतों का नबेड़ा कदों होगा। यह सारे सवाल होंगे। प्रैस रिलीज़ नाल काम चल जाएगा। ये जथेबंधियां प्रैस रिलीज़ नूं की जानदियां ने, की समझदियां ने, इस बयान नूं की समझदियां ने, यह सब कुछ पूछा जाएगा। सवाल एक ही होगा, संगत नाल धक्केशाही क्यों? बड़ा सवाल एक पूछा जाएगा इस चर्चा के। सवाल यह पूछांगे, संगत नाल धक्केशाही करने वालों जथेदार की ताड़ना किन्नी समझ आएगी? इस सवाल पर बहस करांगे। पैनल साडा मौजूद हैगा, उन्होंने तुहाडा तारुफ करा रहा। गुरचरण सिंह गरेवाल एस जी पी सी के नुमाइंदे है, लंबे चिर तो इन सारिया स्थितियों के निकलते पे है, तो इन्हों समझ भी हैगी है कि जिहड़ियां निजी जथेबंदियां जिहड़ियां आपदे पद्धर से काम करदियां पईआं उन्हां दीआं शिकायतां दा नबेड़ा किवें हुंदा जां ਉਹ ਇਹ ਤੱਕੇਸ਼ਾਹੀ ਕਦੋਂ ਤੱਕ ਕਰਦੀਆਂ ਰਹਿਣਗੀਆਂ, ਇਹ ਐਸ ਜੀ ਪੀ ਸੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰਚਰਨ ਸਿੰਘ ਗਰੇਵਾਲ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਅਮਰਿੰਦਰ ਸਿੰਘ ਸਾਬਕਾ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸਿਆਸਤ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਆ ਅਤੇ ਅੱਜ ਕੱਲ੍ਹ ਟਿੰਡਸਾ ਤੜਾਹਰ ਨਾਲ ਇਹਨਾਂ ਦੀ ਨੇੜਤਾ ਹੈਗੀ ਆ। ਪਰ ਸਵਾਲ ਇਹ ਹੈਗਾ ਕਿ ਪੰਥ ਦੇ ਵਿੱਚ ਜਦੋਂ ਇਹੋ ਜਿਹੇ ਮਾਮਲੇ ਖੜ੍ਹੇ ਹੁੰਦੇ ਆ ਅਤੇ ਉਦੋਂ ਸਿਆਸਤ ਨੂੰ ਅਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੁਮਾਇੰਦਿਆਂ ਨੂੰ ਉਹਨਾਂ ਨੂੰ ਕੀ ਕਰਨਾ ਚਾਹੀਦਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀ ਕਰਨਾ ਚਾਹੀਦਾ, ਇਹ ਸਭ ਕੁਝ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਮਰਿੰਦਰ ਸਿੰਘ ਜੀ ਸਰ, ਤੁਹਾਡਾ ਹੀ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ। ਅਸੀਂ ਕੋਸ਼ਿਸ਼ ਕੀਤੀ ਸੀ ਪ੍ਰਿੰਸੀਪਲ ਜਸਵੰਤ ਸਿੰਘ ਹਰਾਂ ਨੂੰ ਵੀ ਇਸ ਚਰਚਾ ਦੇ ਵਿੱਚ ਸ਼ਾਮਿਲ ਕਰਨ ਦੀ, ਅਸੀਂ ਕੋਸ਼ਿਸ਼ ਕੀਤੀ ਸਤਿਕਾਰ ਕਮੇਟੀ ਦੇ ਨੁਮਾਇੰਦੇ ਵੀ ਇਸ ਚਰਚਾ ਵਿੱਚ ਸ਼ਾਮਿਲ ਹੋਣ, ਪਰ ਉਹ ਅਵੇਲੇਬਲ ਨਹੀਂ ਹੋ ਸਕੇਗੇ। ਟੈਕਨੀਕਲ ਰੀਜ਼ਨ ਵੀ ਹੈ ਅਤੇ ਹੋਰ ਕਾਰਨ ਵੀ ਹੋ ਸਕਦੇ ਆ ਉਸ ਮਾਮਲੇ 'ਚ। ਸਭ ਤੋਂ ਪਹਿਲਾਂ ਸਵਾਲ ਗੁਰਚਰਨ ਸਿੰਘ ਗਰੇਵਾਲ ਤੁਹਾਨੂੰ ਕਰਨਾ ਚਾਹੂੰਗਾ। ਗਰੇਵਾਲ ਸਾਹਿਬ, ਇਹ ਪਹਿਲੀ ਵਾਰ ਤਾਂ ਸ਼ਿਕਾਇਤ ਆਈ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸ਼ਿਕਾਇਤਾਂ ਆਉਂਦੀਆਂ ਰਹੀਆਂ, ਪਰ ਇਹ ਸਿਰਫ ਪ੍ਰੈਸ ਰਿਲੀਜ਼ ਦੇ ਕੇ ਤੁਸੀਂ ਸਮਝਦੇ ਹੋ ਕਿ ਇਹ ਜ਼ਿੰਮੇਵਾਰੀ ਤੁਸੀਂ ਨਿਭਾ ਦਿੱਤੀ ਜਾਂ ਜਥੇਦਾਰ ਸਾਹਿਬ ਨੇ ਨਿਭਾ ਦਿੱਤੀ? ਗਰੇਵਾਲ ਸਾਹਿਬ ਦੇਖੋ ਜੀ, ਕੇਪੀ ਜੀ, ਗੱਲ ਬੜੀ ਗੰਭੀਰ ਹੈ। ਮੈਂ ਤੁਹਾਡੇ ਇਸ ਸਵਾਲ ਤੋਂ ਪਹਿਲਾਂ ਇਹਨੂੰ ਥੋੜ੍ਹੀ ਜਿਹੀ ਬਰੀਫ ਕਰਨੀ ਚਾਹਾਂਗਾ। ਤੁਸੀਂ ਮੇਰੇ ਬਾਰੇ ਜ਼ਿਕਰ ਕੀਤਾ ਕਿ ਮੈਂ ਬਹੁਤ ਕੁਛ ਜਾਣਦਾ, ਬਹੁਤ ਕੁਛ ਮੈਂ ਦੇਖਿਆ। ਮੈਂ ਜਿੱਥੇ ਗੁਰੂ ਪ੍ਰਤੀ ਸਤਿਕਾਰ ਅਤੇ ਗੁਰੂ ਪ੍ਰਤੀ ਫਰਜ਼ ਅਦਾ ਕਰਨ ਵਿੱਚ ਸਾਡੇ ਬਹੁਤ ਇੱਕ ਨਿਮਾਣਾ ਜਿਹਾ ਇੱਕ ਸਿੱਖ ਹਾਂ, ਕੋਸ਼ਿਸ਼ ਕਰ ਰਿਹਾ ਕਿ ਗੁਰੂ ਦੇ ਸਤਿਕਾਰ ਲਈ ਅਤੇ ਪ੍ਰਚਾਰ ਲਈ ਕੁਛ ਨਾ ਕੁਛ ਜ਼ਿੰਦਗੀ ਯੋਗਦਾਨ ਪਾ ਸਕਾਂ। ਜੀ, ਬਹੁਤ ਸਿਆਣੇ ਗਿਆਨੀ ਪੁਰਸ਼ ਇਹ ਗੱਲ ਦੱਸਦੇ ਆ, ਕਹਿੰਦੇ ਵੀ ਗੁਰੂ ਨਾਲ ਜੋੜਨ ਜਿਹੜਾ ਪੁੰਨ ਕੋਈ ਨਹੀਂ ਅਤੇ ਗੁਰੂ ਨਾਲ ਤੋੜਨ ਜਿਹੜਾ ਪਾਪ ਕੋਈ ਨਹੀਂ। ਸੋ ਹਰ ਸਿੱਖ ਦੀ ਮਨ ਦੀ ਮਨਸ਼ਾ, ਹਰ ਸਿੱਖ ਦੀ, ਉਹ ਭਾਵੇਂ ਕਿਤੇ ਵੀ ਬੈਠਾ, ਭਾਵੇਂ ਕਿਸੇ ਰੁਤਬੇ ਤੇ ਬੈਠਾ, ਭਾਵੇਂ ਕੋਈ ਦਿਹਾੜੀਦਾਰ ਹੈ, ਭਾਵੇਂ ਕਿਸੇ ਧਾਰਮਿਕ ਸੰਸਥਾ ਦਾ, ਭਾਵੇਂ ਕਿਸੇ ਰਾਜਸੀ ਸੰਸਥਾ ਦਾ, ਭਾਵੇਂ ਕਿਸੇ ਵੀ ਸਿੱਖ ਸੰਸਥਾ ਦਾ ਨਾਲ ਸੰਬੰਧਿਤ ਹੈ, ਉਹ ਆਗੂ ਹੈ ਜਾਂ ਵਰਕਰ ਹੈ, ਹਰ ਸਿੱਖ ਦੇ ਮਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਹੋਣੀ ਜ਼ਰੂਰੀ ਹੈ। ਇਹੋ ਹੀ ਸਿੱਖੀ ਦੀ ਪਰਿਭਾਸ਼ਾ ਦਾ ਇੱਕ ਨੁਕਤਾ ਹੈ। ਸੋ ਬੇਨਤੀ ਮੈਂ ਇਹ ਕਰਾਂਗਾ ਕਿ ਸਾਡਾ ਜਿਹੜਾ ਕਰਮ ਹੈ, ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ, ਤੇ ਸਾਡਾ ਵੱਡਾ ਵੱਡਾ ਕਰਮ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਸੋ ਜਿੰਨੇ ਪ੍ਰਚਾਰ ਕਰੇ ਸਾਡੇ ਲਈ ਸਤਿਕਾਰਯੋਗ ਨੇ, ਜਿੰਨੀਆਂ ਸਿੱਖ ਜਥੇਬੰਦੀਆਂ ਸਾਡੇ ਲਈ ਸਤਿਕਾਰਯੋਗ ਨੇ। ਤੁਸੀਂ ਜ਼ਿਕਰ ਕੀਤਾ ਹੈ ਕਿ ਸਿਰਫ ਬਿਆਨ ਦੇਣ ਦੇ ਨਾਲ ਹੀ ਇਹ ਗੱਲ ਸਰ ਜਾਵੇਗੀ। ਸੋ ਦੇਖੋ, ਇਹ ਗੱਲ ਜਿਹੜੀ ਆ, ਕੋਈ ਵੀ ਆ, ਇਹ ਬਿਆਨ ਤੋਂ ਹੀ ਸ਼ੁਰੂ ਹੁੰਦੀ ਹੈ। ਜੋ ਕੁਛ ਤੁਸੀਂ ਅੱਜ ਦੀ ਸਰਦਾਰ ਜਸਵੰਤ ਸਿੰਘ ਜਿਹੜੇ ਕਿ ਇੱਕ ਕਾਲਜ ਹੈ, ਉਸ ਕਾਲਜ ਦੇ ਬਹੁਤ ਲੰਬਾ ਸਮਾਂ ਪ੍ਰਿੰਸੀਪਲ ਰਹੇ, ਮੈਂ ਕਾਫੀ ਲੰਬੇ ਸਮੇਂ ਤੋਂ ਜਾਣਦਾ। ਠੀਕ ਹੈ, ਉਹਨਾਂ ਦੇ ਨਾਲ ਮੇਰਾ ਘਰੇਲੂ ਵਿਹਾਰ ਨਹੀਂ ਹੋਏਗਾ, ਪਰ ਮੈਂ ਉਹਨਾਂ ਨੂੰ ਸੰਸਥਾਵਾਂ ਤੌਰ ਤੇ ਜਾਣਦਾ ਹੋਵਾਂਗਾ ਕਿ ਬੜੇ ਚੰਗੇ ਇਨਸਾਨ ਨੇ ਤੇ ਗੁਰੂ ਦੀ ਭੈ ਭਾਵਨੀ ਚ ਰਹਿਣ ਵਾਲੇ ਗੁਰਸਿੱਖ ਜਿਹੜੇ ਉਹ ਇਨਸਾਨ ਹੈ, ਤੇ ਉਹ ਉਹਨਾਂ ਦੇ ਘਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਜਿੰਨੀ ਕੁ ਮੇਰੀ ਜਾਣਕਾਰੀ ਹੈ, ਕਿਉਂਕਿ ਮੇਰੀ ਗੱਲ ਹੀ ਹੋ ਸਕੀ,
ਜਿੰਨੀ ਦੇਰ ਤੱਕ ਗੱਲ ਨਾ ਹੋ ਸਕੇ ਉਹਨਾਂ ਤੱਥਾਂ ਦੀ ਪੂਰੀ ਪ੍ਰਮਾਣਿਕਤਾ ਸ਼ਾਇਦ ਮੈਂ ਨਾ ਦੇ ਸਕਾਂ ਕਿ ਉਹਨਾਂ ਦੇ ਘਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਉਹ ਵੱਖਰਾ ਕਮਰਾ ਵਾ ਉੱਥੇ ਮਰਿਆਦਾ ਦੇ ਮੁਤਾਬਕ ਉਹ ਜਿੱਥੇ ਗੁਰੂ ਸਾਹਿਬ ਦੀ ਹਾਜ਼ਰੀ ਭਰਦੇ ਆ ਉੱਥੇ ਪਾਠ ਪੂਜਾ ਵੀ ਕਰਦੇ ਆ ਜਿਹੜਾ ਕਿ ਇੱਕ ਸਿੱਖ ਦਾ ਨਿੱਤ ਦਾ ਕਰਮ ਵੀ ਆ ਉਹ ਉਹਨਾਂ ਦੇ ਘਰੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਪਾਵਨ ਸਰੂਪ ਚੁੱਕ ਕੇ ਇਹ ਸਤਿਕਾਰ ਕਮੇਟੀ ਨਾਮ ਦੀ ਇੱਕ ਸੰਸਥਾ ਜਿਹੜੀ ਆ ਉਹ ਲੈ ਆਉਂਦੀ ਆ ਉਸ ਦੇ ਨਾਲ ਕਾਫੀ ਆਲੇ ਦੁਆਲੇ ਦੇ ਅੰਦਰ ਤੇ ਸਿੱਖ ਜਿਹੜੀਆਂ ਹੈਗੇ ਫਿਰਕਿਆਂ ਦੇ ਵਿੱਚ ਸਿੱਖ ਗਲਿਆਰਿਆਂ ਦੇ ਅੰਦਰ ਇਸ ਗੱਲ ਦੀ ਜਿਹੜੀ ਹੈ ਉਹ ਚੰਗੀ ਗੱਲ ਨਹੀਂ ਲੱਗੀ ਸੋ ਜਿਹੜੀ ਬਿਆਨ ਦੀ ਤੁਸੀਂ ਗੱਲ ਕਰਦੇ ਹੋ ਜਥੇਦਾਰ ਸਾਹਿਬ ਦਾ ਜੋ ਰੁਤਬਾ ਹੈ ਉਹ ਬਿਆਨ ਹੀ ਦੇਣਗੇ ਉਹ ਆ ਕੇ ਕੋਈ ਜੰਗ ਨਹੀਂ ਲੜਨਗੇ ਤੇ ਦੂਜੀ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਕੋਲੇ ਕੋਈ ਐਸੀ ਫੌਜ ਨਹੀਂ ਹੈਗੀ ਕਿ ਉਹ ਡੰਡਾ ਲੈ ਕੇ ਕਿਸੇ ਦੇ ਕਹਿੰਦੇ ਹੁੰਦੇ ਆ ਮਗਰ ਪੈ ਕੇ ਗਰੇਵਾਲ ਸਾਹਿਬ ਤੁਸੀਂ ਬਹੁਤ ਡਿਟੇਲ ਵਿੱਚ ਸਾਰਾ ਕੁਝ ਦੱਸਿਆ ਜਸਵੰਤ ਸਿੰਘ ਹਰਾਂ ਬਾਰੇ ਅਸੀਂ ਵੀ ਸਾਰਾ ਕੁਛ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬੜੇ ਠਰੰਮੇ ਵਾਲੇ ਨੇ ਬੜੇ ਉਹਨਾਂ ਬਾਰੇ ਉਹ ਦੱਸਿਆ ਜਾ ਰਿਹਾ ਕਿ ਨੇਕ ਦਿਲ ਇਨਸਾਨ ਨੇ ਸਵਾਲ ਇਹ ਹੈਗਾ ਗਰੇਵਾਲ ਸਾਹਿਬ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਉਹ ਸੁਣਵਾਈ ਤੋਂ ਬਾਅਦ ਮੈਨੂੰ ਇਉਂ ਲੱਗਦਾ ਕਿ ਉਹਨਾਂ ਦੇ ਮਨ ਵਿੱਚ ਇਹ ਹੋਊਗਾ ਕਿ ਉਹਨਾਂ ਨੂੰ ਸਤਿਕਾਰ ਕਮੇਟੀ ਵਾਲੇ ਜਿਹੜੇ ਬੰਦੇ ਉੱਥੇ ਗਏ ਸੀਗੇ ਉਹਨਾਂ ਨੂੰ ਬੁਲਾ ਕੇ ਕੋਈ ਸਵਾਲ ਤਾਂ ਕੀਤੇ ਜਾਣ ਨਾ ਕਿ ਨਹੀਂ ਕਰ ਸਕਦੇ ਆਪਾਂ ਨਹੀਂ ਦੇਖੋ ਮੈਨੂੰ ਤੁਸੀਂ ਵੀ ਇਸ ਗੱਲ ਨੂੰ ਜਾਣਦੇ ਹੋ ਵਰਿੰਦਰ ਜੀ ਵੀ ਇਸ ਗੱਲ ਨੂੰ ਜਾਣਦੇ ਹੋ ਜਥੇਦਾਰ ਸਾਹਿਬ ਦਾ ਜਿਹੜਾ ਇਸ ਗੱਲ ਪ੍ਰਤੀ ਪ੍ਰਤੀਕਰਮ ਆਇਆ ਪ੍ਰੈਸ ਨੋਟ ਤਾਂ ਸ਼ਾਇਦ ਤੁਹਾਡੇ ਕੋਲ ਹੈ ਮੈਂ ਦੇਖ ਰਿਹਾ ਮੈਂ ਪੜ੍ਹ ਨਹੀਂ ਸਕਦਾ ਪਰ ਮੈਨੂੰ ਉਹਦੀ ਭਾਵਨਾਤਮਕ ਜਿਹੜੀ ਆ ਉਹਦਾ ਮਕਸਦ ਦਾ ਇਹ ਗੱਲ ਦਾ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਇਹ ਗੱਲ ਤੇ ਕਾਫੀ ਰੋਸ ਪ੍ਰਗਟ ਕੀਤਾ ਤੇ ਇਸ ਤੇ ਬੜੀ ਗੰਭੀਰਤਾ ਨਾਲ ਲੈਣ ਦੀ ਗੱਲ ਕੀਤੀ ਆ ਕਿ ਕਿਸੇ ਵੀ ਸਿੱਖ ਦੇ ਮਨ ਦੀ ਭਾਵਨਾ ਜਿਹੜੀ ਆ ਉਸ ਨੂੰ ਤੋੜਨਾ ਸਾਡਾ ਫਰਜ਼ ਨਹੀਂ ਹੈਗਾ ਉੱਥੇ ਪਰਿਸਥਿਤੀਆਂ ਕੀ ਸਨ ਇਸ ਬਾਰੇ ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਚਲੋ ਠੀਕ ਹੈ ਮੈਂ ਵਾਪਸ ਆਉਂਗਾ ਗਰੇਵਾਲ ਸਾਹਿਬ ਵਾਪਸ ਆਉਂਗਾ ਸਰ ਮੈਂ ਬਹੁਤ ਲੰਬੀ ਗੱਲਬਾਤ ਤੁਹਾਡੇ ਤੋਂ ਲੈ ਰਿਹਾ ਅਮਰਿੰਦਰ ਸਿੰਘ ਸਰ ਮੇਰਾ ਸਵਾਲ ਇਕੱਲਾ ਪ੍ਰਿੰਸੀਪਲ ਜਸਵੰਤ ਸਿੰਘ ਹਰਾਂ ਦਾ ਨਹੀਂਗਾ ਮੇਰਾ ਸਵਾਲ ਇਹ ਹੈ ਕਿ ਜਿਹੜੀ ਆਮ ਤੌਰ 'ਤੇ ਸੰਗਤ ਸਿੱਖ ਫਲਸਫੇ ਨੂੰ ਸਮਝਣਾ ਚਾਹੁੰਦੀ ਹੈ ਉਦੋਂ ਇਹੋ ਜਿਹੀਆਂ ਜਥੇਬੰਦੀਆਂ ਉਹਨਾਂ ਨੂੰ ਇਸ ਤਰੀਕੇ ਸਮਝਾਉਣਗੀਆਂ ਸਰ ਮੇਰਾ ਸਵਾਲ ਤਾਂ ਇਹ ਹੈ ਬਿਲਕੁਲ KP ਜੀ ਗੱਲ ਇਹ ਜਿਹੜੀ ਹੈਗੀ ਹੈ ਖਾਲੀ ਇੱਕ ਜਸਵੰਤ ਸਿੰਘ ਜੀ ਦੀ ਗੱਲ ਨਹੀਂ ਹੈ ਇਹ ਗੱਲ ਹੈ ਕਿ ਵੀ ਜਿੰਨੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਕੀਤਾ ਹੋਇਆ ਤੇ ਜੇ ਅਸੀਂ ਉਹਦੀ ਘੋਖ ਕਰਨ ਲਗਾਂਗੇ ਤੇ ਜੇ ਅਸੀਂ ਚਾਹੀਏ ਵੀ ਉਸ ਹਰੇਕ ਘਰ ਦੇ ਵਿੱਚ ਦਰਬਾਰ ਸਾਹਿਬ ਜਿੰਨੀ ਮਰਿਆਦਾ ਦਾ ਪਾਲਣ ਹੋ ਰਿਹਾ ਉਹ ਚੀਜ਼ ਨਹੀਂ ਸੰਭਵ ਹੋ ਸਕਦੀ ਤੇ ਇਸ ਨੂੰ ਬ੍ਰੋਡਰ ਲਾਈਟ ਦੇ ਵਿੱਚ ਦੇਖਣਾ ਪਏਗਾ ਤੇ ਜਿਵੇਂ ਜਥੇਦਾਰ ਸਾਹਿਬ ਨੇ ਆਪਣਾ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈ ਮੈਂ ਸਮਝਦਾ ਕਿ ਪ੍ਰੈਸ ਨੋਟ ਬੜਾ ਲਾਈਟ ਹੈ ਇਹ ਆਪਣਾ ਗਰੇਵਾਲ ਸਾਹਿਬ ਨੇ ਗੱਲ ਕੀਤੀ ਕਿ ਵੀ ਉਹਨਾਂ ਦੇ ਕੋਈ ਫੌਜ ਨਹੀਂ ਹੈ ਪਰ ਮੈਂ ਮੰਨਦਾ ਕਿ ਜਥੇਦਾਰ ਦੇ ਕੋਲ ਐਡੀ ਵੱਡੀ ਸ਼ਕਤੀ ਹੈ ਐਡੀ ਵੱਡੀ ਤਾਕਤ ਹੈ ਕਿ ਉਹਨਾਂ ਦੇ ਇੱਕ ਬੋਲ ਦੇ ਉੱਪਰ ਜਿਹੜੀ ਪੂਰਾ ਪੰਥ ਹੈ ਉਹ ਇੱਧਰ ਉੱਧਰ ਹੁੰਦਾ ਹੈ ਤੇ ਇਸ ਨੂੰ ਉਹਨਾਂ ਨੇ ਬੜੇ ਠਰੰਮੇ ਦੇ ਨਾਲ ਲਿਆ ਹੈ ਉਹਨਾਂ ਦੀ ਆਪਣੀ ਅਪਰੋਚ ਹੈ ਲੇਕਿਨ ਇਹ ਮਸਲਾ ਜਿਹੜਾ ਹੈਗਾ ਇਹ ਗੰਭੀਰ ਮਸਲਾ ਹੈਗਾ ਇਹ ਖਾਲੀ ਜਸਵੰਤ ਸਿੰਘ ਦਾ ਮਸਲਾ ਨਹੀਂ ਹੈ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਐਡ ਕਰਨਾ ਚਾਹਾਂਗਾ ਇੱਕ ਮੇਰਾ ਨਿੱਜੀ ਵੀ ਮੇਰਾ ਇਹਦੇ ਨਾਲ ਮਤਲਬ ਬੜਾ ਇੱਕ ਐਨਕਾਊਂਟਰ ਹੋਇਆ ਇਸੇ ਹੀ ਇੰਸੀਡੈਂਟ ਦੇ ਨਾਲ ਇੱਕ ਅਮੈਰੀਕਾ ਤੋਂ ਇੱਕ ਬੰਦਾ ਦੋ ਸਰੂਪ ਹਵਾਈ ਜਹਾਜ਼ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਸੀਗਾ USA ਤੇ ਉਹਨੇ ਗੁਰਦੁਆਰਾ ਆਲਮਗੀਰ ਤੋਂ ਜਿਹੜੇ ਸਰੂਪ ਹੈ ਉਹ ਅਰੇਂਜ ਕੀਤੇ ਤੇ ਉਸ ਨੂੰ ਇਹਨਾਂ ਐਸੇ ਤਰੀਕੇ ਦੀ ਕੋਈ ਕਮੇਟੀ ਸੀਗੀ ਉਹਨਾਂ ਨੇ ਉਹਨੂੰ ਕਰਨਾਲ ਦੇ ਕੋਲ ਉਸ ਬੰਦੇ ਨੂੰ ਟੈਕਸੀ ਦੇ ਵਿੱਚ ਜਾ ਕੇ ਘੇਰਿਆ ਉਹਨੂੰ ਰੋਕਿਆ ਉਹਦੀ ਉੱਥੇ ਕੁੱਟਮਾਰ ਕੀਤੀ ਗਈ ਉਸ ਬੰਦੇ ਦੀ ਉਸ ਤੋਂ ਸਰੂਪ ਖੋਲੇ ਗਏ ਤੇ ਉਹ ਖਾਲੀ ਸਰੂਪ ਨਹੀਂ ਖੋਏ ਉਹਦੇ ਪਾਸਪੋਰਟ ਵੀ ਖੋਲੇ ਉਹਦੀ ਏਅਰ ਟਿਕਟਸ ਵੀ ਖੋਲੀਆਂ ਉਹਦੇ ਦੋ ਤਿੰਨ ਮੋਬਾਈਲ ਸੀਗੇ ਓਲੜਵਾਜ਼ ਵਿੱਚ ਰਲੇ ਹੋਏ ਸੀਗੇ ਤੇ ਉਹਦਾ ਮਤਲਬ ਸਾਰਾ ਕੁਛ ਲੁੱਟ ਲਿਆ ਤੇ ਮੇਰੇ ਨੌਲੇਜ ਦੇ ਵਿੱਚ ਉਹ ਗੱਲ ਉਦੋਂ ਆਈ ਕਿ ਜਦੋਂ ਉਹਦਾ ਮਤਲਬ ਗ੍ਰੀਨ ਕਾਰਡ ਜਿਹੜਾ ਸੀ ਉਹ ਐਕਸਪਾਇਰ ਹੋਣ ਦੀ ਪੋਜੀਸ਼ਨ ਆ ਗਈ ਤੇ ਉਹ ਵਾਪਸ ਜਾਣ ਜੋਗਾ ਨਹੀਂ ਬੰਦਾ ਰਿਹਾ ਤੇ ਮੈਂ ਉਸ ਬੰਦੇ ਨੂੰ ਲੈ ਕੇ ਜਥੇਦਾਰ ਗੁਰਬਚਨ ਸਿੰਘ ਜੀ ਕੋਲ ਗਿਆ ਤੇ ਉਸਦਾ ਜਿਹੜਾ ਗ੍ਰੀਨ ਕਾਰਡ ਸੀਗਾ ਉਹ ਜਮਾਂ ਉਹਨਾਂ ਨੇ ਉੱਥੇ ਕਰਵਾਤਾ ਕਿ ਗ੍ਰੀਨ ਕਾਰਡ ਦੇਣਾ ਹੈ ਕਿ ਨਹੀਂ ਦੇਣਾ ਪਾਸਪੋਰਟ ਦੇਣਾ ਹੈ ਕਿ ਨਹੀਂ ਦੇਣਾ ਇਹ ਜਥੇਦਾਰ ਸਾਹਿਬ ਫੈਸਲਾ ਕਰਨਗੇ ਤੇ ਉਹ ਜਿਹੜਾ ਵਿੱਚ ਵਿਚੋਲਗੀ ਕਰਕੇ ਉਹਨੂੰ ਦਵਾਇਆ ਤੇ ਤਾਂ ਉਹਦੀ ਜਿਹੜੀ ਬੰਦ ਖਲਾਸੀ ਹੋਈ ਉਹਦੀ ਤਨਖਾਹ ਲਾਈ ਗਈ ਉਸ ਬੰਦੇ ਨੂੰ ਕਿ ਤੂੰ ਸਰੂਪ ਅਮਰੀਕਾ ਲੈ ਕੇ ਜਾ ਰਿਹਾ ਸੀਗਾ ਤੇ ਉਸ ਤੇ ਤਨਖਾਹ ਜਾ ਕੇ ਅਮਰੀਕਾ ਅਰਦਾਸ ਉੱਥੇ ਕਰਵਾਈ ਸੇਵਾ ਉੱਥੇ ਅਮਰੀਕਾ ਜਾ ਕੇ ਕੀਤੀ ਸੋ ਇਹ ਇੱਕ ਵੱਡਾ ਕੰਪਲੈਕਸ ਇਸ਼ੂ ਹੈਗਾ ਪਰ ਜਿਹੜਾ ਹੁਣ ਇਹ ਮਸਲਾ ਜਿਹੜਾ ਚੱਲ ਰਿਹਾ ਮੈਂ ਇਹਦੇ ਪਿਛੋਕੜ ਦੇ ਵਿੱਚ ਥੋੜੀ ਪੋਲਿਟਿਕਸ ਵੀ ਦੇਖ ਰਿਹਾ ਕਿ ਇੱਕ ਮੁਹਿੰਮ ਚੱਲ ਰਹੀ ਹੈ
ਰਹਿਤ ਮਰਿਆਦਾ ਨੂੰ ਦੁਬਾਰਾ ਅਮੈਂਡ ਕਰਨ ਦੀ। ਸੋ ਉਹਦੇ ਵਿੱਚ ਵੀ ਇੱਕ ਮਤਲਬ ਪੇਚ ਆ ਕਿ ਵੀ ਖਾਲੀ ਇਹ ਕਮੇਟੀਆਂ ਐਵੇਂ ਨਹੀਂ ਘੁੰਮ ਰਹੀਆਂ, ਇਹਨਾਂ ਦੇ ਪਿੱਛੇ ਕੋਈ ਤਾਕਤ ਹੈ। ਚਲੋ ਮੈਂ ਆ ਰਿਹਾ ਸਰ ਅਮਰਿੰਦਰ ਸਿੰਘ ਜੀ, ਤੁਸੀਂ ਪੁਆਇੰਟ ਤੇ ਆ ਗਏ ਹੋ, ਮੈਂ ਇਸੇ ਸਵਾਲ ਤੇ ਵਾਪਸ ਆ ਰਿਹਾ, ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਰਹਿਤ ਮਰਿਆਦਾ ਜ਼ਿਕਰ ਹੋ ਗਿਆ, ਰਹਿਤ ਮਰਿਆਦਾ ਦੇ ਨਾਲ ਜਿਹੜਾ ਅਮਰਿੰਦਰ ਸਿੰਘ ਖਰਾ ਨੇ ਰਾਜਨੀਤੀ ਦਾ ਜ਼ਿਕਰ ਕੀਤਾ, ਉਸ ਦਾ ਸਵਾਲ ਹੋਣਾ ਲਾਜ਼ਮੀ ਹੈ। ਸਵਾਲ ਇਹ ਵੀ ਹੋਏਗਾ ਕਿ ਸ਼੍ਰੋਮਣੀ ਕਮੇਟੀ ਦੇ ਹੁੰਦਿਆਂ ਜੇ ਕੋਈ ਹੋਰ ਕਮੇਟੀ ਬਣਦੀ ਪਈ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਸਵਾਲ ਹੈ ਕੀ ਹੈ ਜਿਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਮਿਲ ਪਾ ਰਹੇ। ਇਸ ਲਈ ਇਹੋ ਜਿਹੀਆਂ ਕਮੇਟੀਆਂ ਬਣ ਰਹੀਆਂ, ਉਹਨਾਂ ਕਮੇਟੀਆਂ ਦਾ ਪੱਖ ਵੀ ਸਮਝਣਾ ਪਵੇਗਾ, ਉਹਨਾਂ ਕਮੇਟੀਆਂ ਨੂੰ ਵੀ ਸਮਝਣਾ ਪਵੇਗਾ, ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਮਝਣਾ ਪਵੇਗਾ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕਹਿ ਕੀ ਰਹੇ ਆ ਉਸ ਨੂੰ ਵੀ ਸਮਝਣਾ ਪਵੇਗਾ। ਵਾਪਸ ਆ ਰਹੇ, ਬੜਾ ਸਵਾਲ ਸੀ ਇਹ ਪੁੱਛ ਰਹੇ ਹਾਂ, ਸੰਗਤ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਜਥੇਦਾਰ ਦੀ ਤਾੜਨਾ ਕਿੰਨੀ ਸਮਝ ਆਵੇਗੀ। ਅਮਰਿੰਦਰ ਸਿੰਘ ਜੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ। ਇਹ ਹੁਸ਼ਿਆਰਪੁਰ ਦੇ ਪਿੰਡ ਬੱਸੀ ਜਲਾਲ ਦਾ ਮਾਮਲਾ ਜਿੱਥੋਂ ਸਭ ਕੁਝ ਸ਼ੁਰੂ ਹੋਇਆ, ਤੁਸੀਂ ਰਹਿਤ ਮਰਿਆਦਾ ਦੇ ਪਿੱਛੇ ਰਾਜਨੀਤੀ ਦਾ ਜ਼ਿਕਰ ਕਰ ਰਹੇ ਸੀ ਅਮਰਿੰਦਰ ਸਿੰਘ ਜੀ, ਜੇ ਤੁਸੀਂ ਹੁਣ ਇਹ ਮੁੱਦਾ ਛੇੜਿਆ ਤਾਂ ਇਸ ਨੂੰ ਸਿਰੇ ਤੱਕ ਲੈ ਕੇ ਜਾਇਓ, ਨਹੀਂ ਤਾਂ ਐਵੇਂ ਇਕੱਲੀ ਹਵਾ 'ਚ ਆਪਾਂ ਗੱਲ ਨਹੀਂ ਕਰਦੇ। ਅਮਰਿੰਦਰ ਸਿੰਘ ਨਹੀਂ ਨਹੀਂ ਹਵਾ 'ਚ ਗੱਲ ਨਹੀਂ ਹੈ, ਮੈਂ ਦੇਖੋ ਮੇਰਾ ਇਹ ਮੰਨਣਾ ਹੈ ਕਿ ਬਈ ਐਸ ਜੀ ਪੀ ਸੀ ਨੂੰ ਅਤੇ ਜਥੇਦਾਰ ਸਾਹਿਬ ਨੂੰ ਕਰੜੇ ਹੱਥੀ ਇਸ ਇਸ਼ੂ ਨੂੰ ਲੈਣਾ ਪਏਗਾ, ਅਤੇ ਇਸ ਟਾਈਪ ਦੀਆਂ ਜਿਹੜੀਆਂ ਕਮੇਟੀਆਂ ਹੈਗੀਆਂ ਉਹਨਾਂ ਨੂੰ ਤਾੜਨਾ ਕਰਨੀ ਪਏਗੀ ਕਿ ਤੁਸੀਂ ਇਹ ਜਿਹੜਾ ਕੰਮ ਹੈਗਾ ਇਸ ਨੂੰ ਬੰਦ ਕਰੋ, ਅਤੇ ਖਾਲੀ ਪ੍ਰੇਰਣਾ ਦੇ ਨਾਲ ਗੱਲ ਨਹੀਂ ਬਣੇਗੀ, ਉਹਨਾਂ ਨੂੰ ਤਲਬ ਕਰਨਾ ਚਾਹੀਦਾ। ਮੈਂ ਕਹਿੰਦਾ ਕਿ ਉਹਨਾਂ ਨੂੰ ਤਲਬ ਕਰਕੇ ਉੱਥੇ ਪੁੱਛਿਆ ਜਾਵੇ ਵੀ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਤੁਸੀਂ ਲੋਕਾਂ ਦਾ ਸਮਾਨ ਉਹਨਾਂ ਦੇ ਘਰਾਂ ਦੇ ਅੰਦਰ ਟ੍ਰੈਸਪਾਸ ਕਰੋ। ਇਹ ਬੜਾ ਵੱਡਾ ਮਸਲਾ ਹੈ ਕਿ ਕਿਸੇ ਦੇ ਘਰ ਦੇ ਵਿੱਚ ਤੁਸੀਂ ਟ੍ਰੈਸਪਾਸਿੰਗ ਕਰ ਰਹੇ ਹੋ, ਅਤੇ ਉਸ ਦੀ ਮਤਲਬ ਔਰ ਤਕਰੀਬਨ ਜਿਹੜੇ ਬੰਦੇ ਇਹਨਾਂ ਦੇ ਵਿਕਟਮ ਹੈਗੇ ਉਹ ਬਜ਼ੁਰਗ ਹੈਗੇ ਆ, ਕਿਉਂਕਿ ਬਜ਼ੁਰਗਾਂ ਦੇ ਵਿੱਚ ਅਮਰਿੰਦਰ ਸਿੰਘ ਜੀ ਇੱਕ ਚੀਜ਼ ਮੈਂ ਹੋਰ ਸਮਝਣਾ ਚਾਹੁੰਦਾ ਤੁਹਾਡੇ ਤੋਂ। ਬਜ਼ੁਰਗ ਜਸਵੰਤ ਸਿੰਘ ਹਰਾਂ ਤੁਸੀਂ ਜ਼ਿਕਰ ਕਰ ਰਹੇ ਹੋ, ਮੇਰਾ ਸਵਾਲ ਤਾਂ ਸਰ ਇਹ ਹੈ ਜੇ ਉਹ ਤੁਸੀਂ ਉਹਨਾਂ ਦੇ ਘਰੇ ਐਂਟਰ ਕਰ ਰਹੇ ਹੋ ਤਾਂ ਇਸ ਮਾਮਲੇ 'ਚ ਐਸ ਡੀ ਪੀ ਸੀ ਦੇ ਨੁਮਾਇੰਦੇ ਕੋਈ ਆਪਦੇ ਪੱਧਰ 'ਤੇ ਵੀ ਕੋਈ ਸ਼ਿਕਾਇਤ ਦਰਜ ਕਰਵਾ ਸਕਦੇ ਸੀ ਜਾਂ ਨਹੀਂ, ਜਾਂ ਉੱਥੋਂ ਦੇ ਕੋਈ ਸਮਾਜ ਸੇਵਕ ਜੇ ਜਸਵੰਤ ਸਿੰਘ ਹਰਾਂ ਨੇ ਸ਼ਿਕਾਇਤ ਨਹੀਂ ਕਰਵਾਈ ਪੁਲਿਸ ਕੋਲੇ ਕੰਪਲੇਂਟ ਕਰਾ ਸਕਦੇ ਸੀ ਜਾਂ ਹੋਈ ਹੈ? ਬਿਲਕੁਲ ਕੰਪਲੇਂਟ ਕਰਾ ਸਕਦੇ ਸੀ, ਲੇਕਿਨ ਕਿਉਂਕਿ ਇਹ ਧਾਰਮਿਕ ਮਸਲਾ ਹੈ, ਮੈਜੋਰਿਟੀ ਜਿਹੜੇ ਮਤਲਬ ਵਿਕਟਿਮ ਹੈਗਾ ਉਹ ਕਹਿੰਦਾ ਵੀ ਮੈਂ ਆਪਣਾ ਇਸ ਧਾਰਮਿਕ ਮਸਲੇ ਨੂੰ ਪੁਲਿਸ ਥਾਣੇ ਦੇ ਵਿੱਚ ਕਿਉਂ ਲੈ ਕੇ ਜਾਵਾਂ, ਇਸ ਕਰਕੇ ਉਹ ਦੱਬਦਾ ਹੈ। ਤੋ ਜਥੇਦਾਰ ਸਾਹਿਬ ਦੇ ਉੱਪਰ ਇਹਦਾ ਬਰਡਨ ਜਿਹੜਾ ਵੱਧ ਹੋ ਜਾਂਦਾ, ਕਿਉਂਕਿ ਵਿਕਟਿਮ ਪੁਲਿਸ ਨੂੰ ਅਪਰੋਚ ਨਹੀਂ ਕਰ ਰਿਹਾ। ਜਿਹੜੇ ਕੇਸ ਦੀ ਮੈਂ ਗੱਲ ਕਰ ਰਿਹਾ ਉਸ ਕੇਸ ਦੇ ਵਿੱਚ ਵੀ ਬੰਦੇ ਦੇ ਗ੍ਰੀਨ ਕਾਰਡ ਜਿਹੜੇ ਆ ਉਹਨਾਂ ਨੇ ਖੋਲੇ, ਲੇਕਿਨ ਉਹ ਬੰਦੇ ਨੇ ਤਾਂ ਵੀ ਪੁਲਿਸ ਕੰਪਲੇਂਟ ਨਹੀਂ ਕੀਤੀ ਕਿ ਬਈ ਇਹ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਕੋਲੇ ਕੰਪਲੇਂਟ ਕਰਾਈ ਹੈ ਉਹਨਾਂ ਨੇ। ਜੇ ਪੁਲਿਸ ਕੋਲ ਕੰਪਲੇਂਟ ਕਰਾਈ ਹੈ ਤਾਂ ਪੁਲਿਸ ਆਪਣੀ ਕਾਰਵਾਈ ਕਰੇਗੀ, ਲੇਕਿਨ ਫਿਰ ਵੀ ਮੈਂ ਕਹਾਂਗਾ ਮੈਜੋਰਿਟੀ ਕੇਸਿਸ ਦੇ ਵਿੱਚ ਲੋਕੀ ਕੰਪਲੇਂਟ ਨਹੀਂ ਕਰਦੇ। ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਇੱਕ ਵਾਰੀ ਉਹਨਾਂ ਤੋਂ ਰੀਕਨਫਰਮ ਕਰ ਲਈਏ ਕਿ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਾਈਏ ਤਾਂ ਉਹਦਾ ਸਟੇਟਸ ਕੀ ਹੈਗਾ। ਅਮਰਿੰਦਰ ਸਿੰਘ ਜੀ ਬਿਲਕੁਲ, ਮੈਂ ਤਾਂ ਦੇਖੋ ਮੇਰਾ ਕਹਿਣਾ ਤਾਂ ਸਿਰਫ ਇੰਨਾ ਹੈ ਕਿ ਜਥੇਦਾਰ ਸਾਹਿਬ ਨੂੰ ਉਹਨਾਂ ਦੇ ਉੱਪਰ ਇਹ ਰਿਸਪੋਂਸੀਬਿਲਟੀ ਹੈਗੀ ਹੈ ਕਿ ਉਹ ਇਸ ਚੀਜ਼ ਨੂੰ ਕੰਟਰੋਲ ਕਰਨ, ਮੈਨੇਜ ਕਰਨ, ਕਿ ਇਹ ਜਿਹੜੀ ਮਤਲਬ ਜ਼ਿਆਦਾ ਖਲਾਰਾ ਨਾ ਪਵੇ। ਠੀਕ ਹੈ, ਜਿਹੜੀ ਰਹਿਤ ਮਰਿਆਦਾ ਵਾਲਾ ਇਸ਼ੂ ਜਿਹੜੇ ਲੋਕੀ ਮੂਵਮੈਂਟ ਚਲਾ ਰਹੇ ਹਾਂ ਕਿ ਅਸੀਂ ਰਹਿਤ ਮਰਿਆਦਾ ਅਮੈਂਡ ਕਰਨੀ ਹੈ ਜਾਂ ਕੁਛ ਕਰਨੀ ਹੈ, ਉਹਦਾ ਤਰੀਕਾ ਹੋਰ ਵੀ ਹੈਗਾ। ਉਹਦਾ ਅਮਰਿੰਦਰ ਸਿੰਘ ਜੀ, ਰਹਿਤ ਮਰਿਆਦਾ ਦਾ ਹੀ ਸਾਰਾ ਮਾਮਲਾ ਖੜਾ ਹੋ ਗਿਆ ਮੈਨੂੰ ਲੱਗਦਾ ਇਹ। ਰਹਿਤ ਮਰਿਆਦਾ ਬਾਰੇ ਤੁਸੀਂ ਖੁੱਲ੍ਹ ਕੇ ਦੱਸ ਸਕਦੇ ਹੋ ਕੀ ਮੂਵਮੈਂਟ ਹੈ? ਮੈਨੂੰ ਸਮਝ ਨਹੀਂ ਹੈਗੀ ਇਸ ਚੀਜ਼ ਦੀ, ਮੈਂ ਸਮਝਣਾ ਚਾਹੁੰਦਾ, ਸਾਡੇ ਦਰਸ਼ਕ ਵੀ ਸਮਝਣਾ ਚਾਹੁੰਦੇ। ਅਮਰਿੰਦਰ ਸਿੰਘ ਜੀ, ਤੁਸੀਂ ਮੇਰੇ ਖਿਆਲ ਤੁਹਾਨੂੰ ਪਤਾ ਹੋਏਗਾ, ਥੋੜੇ ਦਿਨ ਪਹਿਲਾਂ ਇੱਕ ਰਾਗੀ ਸਭਾ ਨੇ ਵੀ ਇੱਕ ਦਰਖਾਸਤ ਦਿੱਤੀ ਸੀ ਜਥੇਦਾਰ ਸਾਹਿਬ ਨੂੰ ਜਾ ਕੇ ਦਰਬਾਰ ਸਾਹਿਬ ਦੇ ਰਾਗੀਆਂ ਨੇ ਸਾਰਿਆਂ ਨੇ ਰਲ ਕੇ ਕਿ ਵੀ ਸਾਨੂੰ ਵੀ ਰੋਕਿਆ ਜਾਂਦਾ ਕਿ ਰਹਿਤ ਮਰਿਆਦਾ ਦੇ ਇਸ਼ੂ ਤੇ, ਤੇ ਉਹ ਗੱਲ ਮੈਂ ਪਬਲਿਕਲੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਕਰਨਾ ਚਾਹਾਂਗਾ ਵੀ ਪਿੱਛੇ ਕੀ ਤਾਕਤਾਂ ਹੈਗੀਆਂ, ਲੇਕਿਨ ਰਹਿਤ ਮਰਿਆਦਾ ਨੂੰ ਅਮੈਂਡ ਕਰਕੇ ਉਸ ਨੂੰ ਹੋਰ ਆਪਣੇ ਤਰੀਕੇ ਦੇ ਨਾਲ ਦੁਬਾਰਾ ਨਵੇਂ ਸਿਰੇ ਲਾਉਣਾ। ਅਮਰਿੰਦਰ ਸਿੰਘ ਜੀ, ਮੈਨੂੰ ਪਹਿਲੇ ਖਦਸ਼ਾ ਸੀਗਾ ਤੁਸੀਂ ਪੂਰੀ ਗੱਲ ਨਹੀਂ ਦੱਸੋਗੇ, ਮੈਂ ਇਸ ਲਈ ਤੁਹਾਨੂੰ ਪਹਿਲਾਂ ਸਵਾਲ 'ਚ ਹੀ ਕਹਿਤਾ ਸੀ। ਗਰੇਵਾਲ ਸਾਹਿਬ, ਸਰ ਰਹਿਤ ਮਰਿਆਦਾ ਦੇ ਮਾਮਲੇ 'ਚ ਅਸੀਂ ਸੰਕੋਚ ਕਿਉਂ ਕਰਦੇ ਪਏ ਹਾਂ? ਰਹਿਤ ਮਰਿਆਦਾ ਦੇ ਮਾਮਲੇ 'ਚ ਸਵਾਲ ਹੈ ਸਰ, ਇਕੱਲਾ ਇੱਥੋਂ ਤੱਕ ਨਹੀਂ ਰੁਕਦਾ ਗਾ, ਸਵਾਲ ਸਾਰੇ ਤਖ਼ਤ ਸਾਹਿਬਾਨਾਂ ਤੱਕ ਜਾਂਦਾ। ਗਰੇਵਾਲ ਸਾਹਿਬ, ਜੇ ਮੈਂ ਗਲਤ ਨਹੀਂ ਹਾਂ ਤਾਂ ਦੇਖੋ ਜੀ, ਕੇ ਪੀ ਜੀ, ਇਹ ਆਪੋ ਆਪਣਾ ਨਜ਼ਰੀਆ, ਅਮਰਿੰਦਰ ਜੀ ਨੂੰ ਇਸ ਗੱਲ ਬਾਰੇ ਹੋ ਸਕਦਾ ਕੋਈ ਜਾਣਕਾਰੀ ਹੋਵੇ, ਪਰ ਮੈਂ ਇਸ ਮਸਲੇ ਨੂੰ ਲੈ ਦੇ ਵਿੱਚ ਰਹਿਤ ਮਰਿਆਦਾ ਨਾਲ ਕੋਈ ਸੰਬੰਧ ਨਹੀਂ ਲਿਆਉਣਾ ਚਾਹੁੰਦਾ, ਕਿਉਂਕਿ ਇਹ ਘਟਨਾ ਅੱਜ ਦੀ ਨਹੀਂ ਗੀ, ਜਦੋਂ ਦੀ ਸਤਿਕਾਰ ਕਮੇਟੀ ਜਾਂ ਨਾਮ ਦੀਆਂ ਸੰਸਥਾਵਾਂ ਜਿਹੜੀਆਂ ਉਹ ਹੋਂਦ ਵਿੱਚ ਆਈਆਂ, ਠੀਕ ਹੈ ਜੀ, ਉਸ ਸਮੇਂ ਤੋਂ ਇਹ ਜਿਹੜੀ ਹੈ ਗੱਲ ਵਰਤ ਰਹੀ ਹੈ, ਚਾਹੇ ਉਹ ਕਿਸੇ ਦੇ ਘਰ ਦੇ ਵਿੱਚ ਹੈ, ਚਾਹੇ ਉਹ ਕੋਈ ਧਾਰਮਿਕ ਜਿਹੜੇ ਪਿਛਲੇ ਸਮੇਂ 'ਚ। ਦੇਖੋ ਇਹ ਗੱਲ ਸਾਨੂੰ ਦਰਸ਼ਕਾਂ ਨਾਲ ਵੀ ਸਾਂਝੀ ਕਰ ਲੈਣੀ ਚਾਹੀਦੀ ਹੈ, ਜਿੰਨਾ ਕੁ ਮੈਨੂੰ ਜਾਣਕਾਰੀ ਆ ਕਿ ਜਦੋਂ ਸਿੱਖ ਜਿਹੜੇ ਆ ਉਹ ਜੰਗਲਾਂ ਵਿੱਚ ਸਨ ਅਤੇ ਸਿੱਖਾਂ ਨੇ ਲੜਾਈਆਂ ਲੜੀਆਂ, ਅਸੀਂ ਗੁਰਦੁਆਰਾ ਦੇ ਪ੍ਰਬੰਧ ਨਹੀਂ ਸੀ ਕਰ ਸਕੇ, ਉਸ ਸਮੇਂ ਬਹੁਤ ਸਾਰੇ ਜਿਹੜੇ ਹੋਰ ਜਿਹੜੇ ਪੂਰਨ ਰੂਪ ਵਿੱਚ ਸਿੱਖੀ ਦੇ ਵਿੱਚ ਨਹੀਂ ਕਹਿ ਸਕਦੇ ਅਸੀਂ, ਉਹਨਾਂ ਨੇ ਸਾਧੂਆਂ ਨੇ ਹੋਰ ਮਹਾਤਮਾ ਨੇ
इस तरह का एक पुरातन डेरा सी जिन्हों साधुओं का डेरा कह दें, वह डेरा नाथां का डेरा के तौर पर वह जाना जाता है। सो नाथां के डेरे के उस पुरातन समय तो साहब श्री गुरु ग्रंथ साहब जी के सरूप भी सन। सो उत्थे वह नाथ जिहड़े आ धूणियां भी लाउंदे सन। सो उस गल नूं लैके जदों ये सत्कार कमेटियां आईया तो उस तो बाद इस गल बारे जिक्र होया तो उत्थे प्रोग्राम बन गया कि गुरु ग्रंथ साहब जी के सरूप जिहड़े आ उत्थों लियांदे जाण। सो उत्थों दे इलाके ने कट्ठे होकर मीटिंग की जिदे मैनू भी सदा दिता गया, मैं भी अपनी जानकारी मुताबक उत्थे गया। उत्थे जिहड़ी उत्थों दे मौजूदा नाथ सन जिहड़े प्रबंधक सन उन्हां नूं असीं इह गल दा जिक्र कीता कि साहिब श्री गुरु ग्रंथ साहिब जी जिथे प्रकाश ने उत्थे जे संबंधित मर्यादा पूर्ण तौर पर रखी जा सकती आ तां असीं इस गल ते तुहाडे नाल सहमत होवांगे। जे इत्थे गुरु ग्रंथ साहिब जी दे हुंदे आ होर तरह की मनमत होंगी है जां किसी तरह की गल होंगी है तो उस गल विच असीं सहमत नहीं होवांगे। देखो बहुत वड्डी गल हुई कि उस इलाके दे लोकां ने कमेटी बनाई उहदे नाल जिहड़े संबंधित उस स्थान दे नाल संबंधित लोग सन उन्होंने एक अमृतधारी सिंघां दी पंज मैंबरी एक कमेटी बना दित्ती ते उन्होंने यह गल कही कि साहिब श्री गुरु ग्रंथ साहिब जी के सत्कार नाल संबंधित जिस तरह की भी मर्यादा से जिस तरह के प्रबंध है वह असीं करांगे। सो उस स्थान तो साहिब श्री गुरु ग्रंथ साहिब जी के सरूप जिहड़े आ उह नहीं चके गए ते इस दे नाल की हो गया कि वह लोग जिहड़े आ जिहड़े सीधे तौर पर भावें पूर्ण तौर पर सिख नहीं हन उह मन दे विच गुरु ग्रंथ साहिब दी सत्कार रखदे आ। सो उस प्रबंधां दे विच जदों उन्होंने इस गल नूं मन लिया ते गुरु ग्रंथ साहिब दे सरूप जिहड़े आ उत्थों असीं चुक्कण नहीं दित्ते। इह चंगी गल आ। सो इहो ही कारण है कि असीं संस्थावां जिहड़ियां आपणे तौर पर साहिब श्री गुरु ग्रंथ साहिब जी के सरूप जो चुकदियां ने ते अखबार दे विच खबर लाउंदियां ने ते बहुत तरह की इस तरह की आपदी गल करदे आ कि शायद असीं बहुत महान सेवा कर रहे हैं। डिबेट छेड़ना चाहना पर जो किसी के फ्रिज में कोई मास मिले उदो सर सवाल इस देश के इस मुल्क खड़े होंगे है उदो सिख जथेबंदियां कहिंदियां ये माड़ा होया घट गिनतियां दे नाल इदां नहीं होना चाहिए सीगा। जदों कोई गऊ मास का मसला आउंदा उदों ये मामले खड़े होंदे आ सर। इत्थे भी सर आंडा मीट का जिक्र हो रहा है। गरेवाल साहब मैं कदे इहो जी डिबेट नहीं छेड़ना चाहुंदा गा सर, इस मामले ते तुसीं क्यों एक्शन क्यों नहीं लै पा रहे? रहत मर्यादा दे विच की लिखिया सर, क्यों नहीं आपां क्लैरिफाई करदे पए? देखो मैं तां एडे कद दा बंदा नहीं हैगा कि क्यों मैं रहत मर्यादा बारे कोई किंतु कर सकता, क्योंकि बहुत महान लोगों ने बैठ के जिहड़े तख्त साहबान के जथेदार साहबान ने बैठ के संत महापुरशां ने गुणी ज्ञानियों ने बैठ के मैनू लगता भी मेरे कोले रहत मर्यादा का मैं काफ़ी मेरे कोल आ जिहड़ियां कमेटियां किन्नी वार बनिया तो उन्होंने खरड़े दे विच रावां भी लईयां गईयां। तो ये मैं ये जिवें वरिंदर जी ने कहा वा भी इत्थे बैठ के रहत मर्यादा के बारे मैं टिप्पणी नहीं कर सकता। मैं जिहड़ी तुसीं मीट आंडा की गल की आ मैनू जिन्नी सोझी आ जां मैं जिन्हें ज्ञानी पुरशां की संगत की आ मैं निजी तौर पर आंडा मीट शराब के खिलाफ हाँ। मैं नहीं और ना खांदा ना मैं किसी खाने लई कहिंदा। ये पंथ के अंदर कई तरह दियां इस तरह दियां है कि निहंग सिंह जथेबंदियां दे अंदर इसका वर्तारा वरतदा वा, कई बार ये गल्लां उठदियां रहिंदियां ने, पर अज के विषय के इस गल नूं मैं एक तरफा होकर गल नहीं कर सकता। मैं निजी गल दस देना, मैं आप आंडा मीट शराब का सेवन नहीं करता तो मैं ना इस गल नूं चंगा समझदा। तो ये बारे फैसला की होना की नहीं होना ना तो अजी डिबेट असीं कर सकते हैं। फिर तो दुविधा खड़ी है ना सर गरेवाल साहब, फिर तो दुविधा खड़ी है। नहीं दुविधा असीं अपनी इस डिबेट के अंदर दुविधा इस मसले बहुत कौमी मुद्दे बहुत वड्डे हुंदे ने तो उन्हां नूं उन्हां मंच के उत्ते उस मंच से ही इस गल के बारे च कोई सर आपां इत्थे जुड़ आपां इत्थे बैठदे सर दुविधा दूर होवे दर्शकां नूं कुछ समझ आवे घबरा क्यों रहे हो गरेवाल साहब कि तुहानूं लगदा कि सत्कार कमेटी वाले तुहाडे घरे आ जाणगे? ਜੇ ਸਾਡੇ ਚੰਗੇ ਬੰਦੇ ਆ ਉਹ ਗੁਰੂ ਪ੍ਰਤੀ ਗਰੇਵਾਲ ਸਾਹਿਬ ਚੰਗੇ ਬੰਦੇ ਆ
ਗਰੇਵਾਲ ਸਾਹਿਬ ਚੰਗੇ ਬੰਦੇ ਆ, ਸਤਿਕਾਰ ਕਮੇਟੀ ਵਾਲੇ ਚੰਗੇ ਬੰਦੇ ਆ, ਜੇ ਚੰਗੇ ਕੰਮ ਕਰਨਗੇ ਤੇ ਚੰਗੇ ਹੋਣਗੇ, ਕਿਉਂਕਿ ਗੁਰੂ ਨਾਲ ਤੋੜਨਾ ਚੰਗੀ ਗੱਲ ਨਹੀਂ, ਹਰ ਹਾਲਾਤ ਨੂੰ ਨਜਿੱਠਿਆ ਜਾ ਸਕਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਤੀ ਕਿਸੇ ਵੀ ਵਾਪਸ ਆ ਰਹੇ ਹਾਂ ਗਰੇਵਾਲ ਸਾਹਿਬ, ਉਹਨੂੰ ਹੋਰ ਵਧਾਉਣਾ ਚਾਹੀਦਾ, ਨਾ ਕਿ ਘਟਾਉਣਾ ਚਾਹੀਦਾ। ਠੀਕ ਹੈ ਸਰ, ਵਾਪਸ ਆ ਰਹੇ ਹਾਂ ਸਰ, ਇੱਕ ਛੋਟਾ ਜਿਹਾ ਵਕਫਾ ਹੋਰ ਲਵਾਂਗੇ। ਜਦੋਂ ਇਹ ਮਾਮਲਾ ਖੜਾ ਹੁੰਦਾ ਕਿ ਰਹਿਤ ਮਰਿਆਦਾ ਕੀ ਕਹਿੰਦੀ ਹੈ, ਜਦੋਂ ਜਸਵੰਤ ਸਿੰਘ ਹਰੀ ਉਹਨਾਂ ਦੇ ਅੱਗੇ ਹੱਥ ਜੋੜਦੇ ਆ, ਉਦੋਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਗੀ, ਅਤੇ ਸਵਾਲ ਉਸ ਬਜ਼ੁਰਗ ਦਾ ਅਤੇ ਉਸ ਬਜ਼ੁਰਗ ਤੋਂ ਸਵਾਲ ਆ ਜਿਹੜਾ ਪੂਰੇ ਕੌਮ 'ਤੇ ਜਾ ਰਿਹਾ, ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਇਹ ਘਟਨਾ ਵਾਪਰ ਸਕਦੀ ਹੈ, ਅਤੇ ਇਸ ਨੂੰ ਅੱਜ ਹੀ ਕਿਉਂ ਨਜਿੱਠਿਆ ਨਹੀਂ ਜਾ ਰਿਹਾ? ਸਾਡਾ ਸਵਾਲ ਤਾਂ ਇਹ ਹੈ, ਜਥੇਦਾਰ ਸਾਹਿਬ ਨੂੰ ਇਸ ਤੋਂ ਕਰੜਾ ਕੋਈ ਐਕਸ਼ਨ ਲੈਣਾ ਚਾਹੀਦਾ, ਉਹਨਾਂ ਨੂੰ ਕੋਈ ਤਲਬ ਕਰਨਾ ਚਾਹੀਦਾ, ਸਵਾਲ ਜਵਾਬ ਹੋਣੇ ਚਾਹੀਦੇ, ਦੋਨਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਿਆ ਜਾਣਾ ਚਾਹੀਦਾ, ਇਹੋ ਜਿਹੇ ਸਵਾਲ ਹੋ ਸਕਦੇ ਆ ਕਿ ਨਹੀਂ ਹੋ ਸਕਦੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਮਾਮਲੇ ਵਿੱਚ ਜਿਹੜਾ ਨਿਚੋੜ ਆ ਸਾਡੇ ਸਾਹਮਣੇ ਆਵੇ, ਜੇ ਨਿਚੋੜ ਸਾਹਮਣੇ ਨਹੀਂ ਆਊਗਾ ਤਾਂ ਮੈਨੂੰ ਲੱਗਦਾ ਸਾਨੂੰ ਇਹ ਚਰਚਾ ਕਰਨੀ ਵੀ ਵਿਅਰਥ ਲੱਗਦੀ ਹੈ, ਜਦੋਂ ਅਸੀਂ ਰਹਿਤ ਮਰਿਆਦਾ ਬਾਰੇ ਜਾਂ ਇਹਨਾਂ ਮਾਮਲਿਆਂ ਬਾਰੇ ਜਿਹਦੀ ਅਸਲ ਜੜ ਇਹ ਰਹਿਤ ਮਰਿਆਦਾ ਹੈ ਉਸ ਦੇ ਬਾਰੇ ਅਸੀਂ ਦਰਸ਼ਕਾਂ ਨੂੰ ਸਮਝਾ ਨਹੀਂ ਪਾ ਰਹੇ, ਤਾਂ ਇਹਦਾ ਮਤਲਬ ਸਾਡੀ ਵੀ ਨਾਕਾਮੀ ਹੈ। ਕੋਸ਼ਿਸ਼ ਕਰਾਂਗੇ ਇਸ ਨਾਕਾਮੀ ਨੂੰ ਦੂਰ ਕੀਤਾ ਜਾਵੇ, ਕਿਉਂਕਿ ਇਹ ਵਾਰ ਵਾਰ ਮਸਲਾ ਖੜਾ ਹੁੰਦਾ, ਪਹਿਲੀ ਵਾਰ ਨਹੀਂ ਹੋਇਆਗਾ। ਵਾਪਸ ਆ ਰਹੇ, ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸੰਗਤ ਨਾਲ ਤਖਸ਼ਾਹੀ ਕਰਨ ਵਾਲਿਆਂ ਨੂੰ, ਜਥੇਦਾਰ ਸਾਹਿਬ ਦੀ ਧਾੜਨਾ ਕਿੰਨੀ ਸਮਝ ਆਵੇਗੀ? ਅਮਰਿੰਦਰ ਸਿੰਘ ਜੀ, ਸਰ ਮੈਨੂੰ ਇਹਨਾਂ ਚੀਜ਼ਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ, ਸਾਨੂੰ ਇਮਾਨਦਾਰ ਨਾਲ ਮੰਨ ਲੈਣਾ ਚਾਹੀਦਾ, ਪਰ ਜਿੰਨਾ ਕੁ ਮੈਂ ਸਮਝਿਆ, ਜਿੰਨੀ ਕੁ ਸਾਨੂੰ ਸੋਝੀ ਹੈ, ਸਾਨੂੰ ਇਹ ਸਮਝ ਹੈਗੀ ਹੈ ਕਿ ਰਹਿਤ ਮਰਿਆਦਾ ਇੱਕ ਸਾਰ ਹੋਣ ਦੀ ਮੰਗ ਬਹੁਤ ਜਥੇਬੰਦੀਆਂ ਕਰ ਰਹੀਆਂ, ਬਹੁਤ ਸਾਰੇ ਕਥਾਵਾਚਕ ਜਿਹੜੇ ਕਿ ਸ਼ਾਇਦ ਗਰੇਵਾਲ ਸਾਹਿਬ ਉਹਨਾਂ ਨੂੰ ਵੀ ਪਸੰਦ ਨਾ ਹੋਣ, ਸ਼ਾਇਦ ਹੋ ਸਕਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਪਸੰਦ ਨਾ ਹੋਣ, ਉਹਨਾਂ ਨੇ ਸਾਰਿਆਂ ਨੇ ਇਹ ਮੰਗਾਂ ਵਾਰ ਵਾਰ ਚੁੱਕੀਆਂ। ਸਰ ਇਹ ਮਾਮਲਾ ਰਹਿਤ ਮਰਿਆਦਾ ਨਾਲ ਹੀ ਜੁੜਿਆ ਹੋਇਆ ਜਾਂ ਸਿਰਫ ਜਸਵੰਤ ਸਿੰਘ ਹਰਾ ਨਾਲ ਜੁੜਿਆ ਹੋਇਆ? ਅਮਰਿੰਦਰ ਸਿੰਘ ਜੀ ਇਹ ਗੱਲ ਮੈਨੂੰ ਸਾਫ਼ ਕਰ ਦਿਉ ਪਲੀਜ਼। ਨਹੀਂ ਦੇਖੋ, ਇਹਦੇ ਵਿੱਚ ਮੇਰਾ ਇਹ ਮੰਨਣਾ ਕਿ ਦੋਨੋਂ ਇਸ਼ੂਜ਼ ਹੈਗੇ। ਪਹਿਲੀ ਗੱਲ ਤਾਂ ਜਿਹੜੀ ਤੁਸੀਂ ਰਹਿਤ ਮਰਿਆਦਾ ਦੀ ਗੱਲ ਕੀਤੀ ਹੈ ਕਿ ਮੀਟ ਅੰਡੇ ਦਾ ਜਿਹੜਾ ਜ਼ਿਕਰ ਤੁਸੀਂ ਖੋਲ ਕੇ ਕਰ ਹੀ ਦਿੱਤਾ, ਮੈਂ ਨਹੀਂ ਛੇੜਨਾ ਚਾਹੁੰਦਾ ਸੀ ਇਸ ਟੌਪਿਕ ਨੂੰ, ਪਰ ਮੈਂ ਵੀ ਨਹੀਂ ਚਾਹੁੰਦਾ ਸੀ ਅਮਰਿੰਦਰ ਸਿੰਘ ਜੀ, ਪਰ ਮੈਂ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਸਾਫ਼ ਪਤਾ ਲੱਗੇ। ਨਹੀਂ ਬਿਲਕੁਲ ਪਤਾ ਲੱਗਣਾ ਚਾਹੀਦਾ, ਰਹਿਤ ਮਰਿਆਦਾ ਤੋਂ ਮੇਰਾ ਭਾਵ ਹੈਗਾ ਖਾਲੀ ਅੰਡੇ ਮੀਟ ਦੇ ਨਹੀਂ ਹੈ ਇਸ਼ੂ, ਇਸ਼ੂ ਹੋਰ ਵੀ ਹੈਗੇ ਆ। ਬਿਲਕੁਲ ਠੀਕ ਹੈ, ਵੱਡੀਆਂ ਤਾਕਤਾਂ ਦੇ ਵਿੱਚ ਲੱਗੀਆਂ ਹੋਈਆਂ। ਜਿਹੜਾ ਜਿੱਥੋਂ ਤੱਕ ਤੁਸੀਂ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਦੀ ਗੱਲ ਕੀਤੀ ਹੈ, ਅੰਡਾ ਮੀਟ ਦੀ ਤੇ ਆਪਣਾ ਵੈਜੀਟੇਰੀਅਨ ਦੇ ਜਿਹੜਾ ਹੈਗਾ, ਉਹਦੇ ਵਿੱਚ ਰਹਿਤ ਮਰਿਆਦਾ ਕਾਫੀ ਹੱਦ ਤੱਕ ਕਲੀਅਰ ਹੈ ਕਿ ਬਈ ਕੁੱਠੇ ਦਾ ਸੇਵਨ ਨਹੀਂ ਕਰਨਾ, ਉਹਦੇ ਵਿੱਚ ਜ਼ਿਕਰ ਹੈ ਕਿ ਕੁੱਠੇ ਸਿੱਖ ਨੇ ਕੁੱਠੇ ਦਾ ਸੇਵਕ ਨਹੀਂ ਕਰਨਾ, ਦੈਟ ਮੀਨਸ ਹਲਾਲ ਨਹੀਂ ਖਾਣਾ, ਤੇ ਉਸ ਤੋਂ ਇੰਪਲਾਈ ਇਹ ਹੁੰਦਾ ਕਿ ਤੁਸੀਂ ਦੂਸਰਾ ਜਿਹੜਾ ਹੈਗਾ ਸੇਵਨ ਕਰ ਸਕਦੇ ਹੋ, ਆਪਣਾ ਝਟਕੇ ਦਾ ਸੇਵਨ ਕਰ ਸਕਦੇ ਹੋ। ਤੇ ਉਸੇ ਇਸ਼ੂ ਦੇ ਉੱਪਰ ਜਿਹੜੇ ਮੈਜੋਰਿਟੀ ਜਿਹੜੇ ਆਪਣਾ ਨਿਹੰਗ ਸਿੰਘ ਜਥੇਬੰਦੀਆਂ ਹੈਗੀਆਂ, ਹੋਰ ਜਿਹੜੇ ਸਿੰਘ ਹੈਗੇ ਆ, ਉਹ ਆਪਣਾ ਨੋਨ ਵੈਜ ਜਿਹੜਾ ਹੈਗਾ ਇਸਤੇਮਾਲ ਕਰਦੇ ਆ, ਤੇ ਮੈਂ ਇਹ ਮੰਨਦਾ ਕਿ ਬਈ ਇਹਦਾ ਬੰਦਗੀ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ। ਬੰਦਗੀ ਦਾ ਚੈਪਟਰ ਜਿਹੜਾ ਬਿਲਕੁਲ ਡਿਫਰੈਂਟ ਹੈ। ਗੁਰੂ ਮਹਾਰਾਜ ਜ਼ਰੂਰ ਕਹਿੰਦੇ ਆ ਕਿ ਸਾਤਵਿਕ ਭੋਜਨ ਹੋਣਾ ਚਾਹੀਦਾ, ਤੇ ਜੇ ਤੁਸੀਂ ਉਸਨੂੰ ਮਤਲਬ ਅੰਡੇ ਮੀਟ ਦਾ ਸੇਵਨ ਸਿਰਫ ਆਪਣੇ ਜੀਭ ਦੇ ਸਵਾਦ ਲਈ ਕਰ ਰਹੇ ਹੋ ਤੇ ਉਹ ਗੱਲ ਡਿਫਰੈਂਟ ਹੈ। ਵੈਸੇ ਹੀ ਜਨਰਲੀ ਸਿੱਖ ਨੂੰ ਸਾਤਵਿਕ ਭੋਜਨ ਦੀ ਅਪੀਲ ਜਿਹੜੀ ਹੈ ਗੁਰੂ ਮਹਾਰਾਜ ਨੇ ਕੀਤੀ ਹੋਈ ਹੈ ਕਿ ਸਭ ਕੁਛ ਆਪਣਾ ਸਾਦਾ ਜੀਵਨ ਹੋਣਾ ਚਾਹੀਦਾ ਹੈ। ਸੋ ਇਸ ਨੂੰ ਇੱਕ ਕੰਟਰੋਵਰਸੀ ਬਣਾਉਣਾ, ਇਹ ਇੱਕ ਮੈਂ ਸਮਝਦਾ ਕਿ ਵੀ ਇਹ ਕੋਈ ਬਾਹਲੀ ਸਮਝਦਾਰੀ ਵਾਲੀ ਗੱਲ ਨਹੀਂ ਹੈ ਕਿ ਵੀ ਜਿਹੜਾ ਜੇ ਹੁਣ ਸਤਿਕਾਰ ਕਮੇਟੀ ਵਾਲੇ ਜਿਹੜੇ ਹੁਸ਼ਿਆਰਪੁਰ ਗਏ ਆ ਇੱਕ ਬਜ਼ੁਰਗ ਦੇ ਘਰ, ਤੇ ਉਹ ਜਾਣ ਬਲਬੀਰ ਸਿੰਘ ਦੇ ਡੇਰੇ 'ਚ ਜਾਣ ਜਿੱਥੇ ਬੱਕਰੇ ਸ਼ਰੇਆਮ ਝਟਕਾਏ ਜਾਂਦੇ ਆ, ਤੇ ਆਪਣਾ ਤਲਵੰਡੀ ਸਾਬੋ ਜਾਣ, ਆਪਣਾ ਹਜ਼ੂਰ ਸਾਹਿਬ ਜਾਣ, ਤੇ ਉੱਥੇ ਜਾਣ ਮਤਲਬ ਜਾਣਾ ਚਾਹੀਦਾ ਤਾਂ ਕਿ ਪੂਰੇ ਪਬਲਿਕ ਡੋਮੇਨ ਦੇ ਵਿੱਚ ਗੱਲ ਆਵੇ। ਖਾਲੀ ਇੱਕ ਬਜ਼ੁਰਗ ਨੂੰ ਤੁਸੀਂ ਜਾ ਕੇ ਕਹਿ ਰਹੇ ਹੋ ਵੀ ਤੁਹਾਨੂੰ ਅਸੀਂ ਪਾਠ ਨਹੀਂ ਕਰਨ ਦਾਂਗੇ, ਸਰੂਪ ਚੱਕ ਕੇ ਲੈ ਜਾਂਗੇ, ਸੋ ਇਹ ਇੱਕ ਮਤਲਬ ਚੀਜ਼ ਮੈਂ ਸਮਝਦਾ ਕਿ ਵੀ ਠੀਕ ਨਹੀਂ ਹੈ। ਥੋੜਾ ਧਰਮੇ ਦੇ ਨਾਲ ਉਹਨਾਂ ਨੂੰ ਕੰਮ ਲੈਣਾ ਚਾਹੀਦਾ, ਉਹਨਾਂ ਦੀ ਭਾਵਨਾ ਹੋਏਗੀ ਵੱਖਰੀ। ਠੀਕ ਹੈ, ਕਿਉਂਕਿ ਕਈ ਜਥੇਬੰਦੀਆਂ ਹੈਗੀਆਂ ਉਹ ਇਹ ਪ੍ਰਚਾਰ ਕਰ ਰਹੀਆਂ ਕਿ ਬਈ ਜਿਹੜਾ ਮਾਸਾਹਾਰੀ ਜਿਹੜਾ ਬੰਦਾ ਹੈਗਾ ਉਹ ਸਿੱਖੀ ਦੇ ਵਿੱਚ ਨਹੀਂ ਹੈ, ਜਦੋਂ ਕਿ ਰਹਿਤ ਮਰਿਆਦਾ ਇਹਦੇ ਉੱਪਰ ਨਹੀਂ ਬੋਲ ਰਹੀ। ਠੀਕ ਠੀਕ ਹੈ, ਕਹਿ ਰਹੀਏ ਕਿ ਸਿਰਫ ਤੁਸੀਂ ਹਲਾਲ ਦਾ ਸੇਵਨ ਨਹੀਂ ਕਰਨਾ। ਠੀਕ ਹੈ ਅਮਰਿੰਦਰ ਸਿੰਘ ਜੀ। ਗਰੇਵਾਲ ਸਾਹਿਬ, ਜਿਹੜੇ ਇਹਨਾਂ ਨੇ ਤਿੰਨ ਆਖਰੀ ਨਾਮ ਗਿਣਾਏ ਆ ਅਮਰਿੰਦਰ ਸਿੰਘ ਹਰਾ ਨੇ, ਇਸ ਕਰਕੇ ਤੁਸੀਂ ਗਰੇਜ ਕਰਦੇ ਪਏ ਹੋ ਕਿ ਨਾ ਗੱਲ ਕੀਤੀ ਜਾਵੇ, ਕੌਮ ਨੂੰ ਦੁਬਧਾ ਵਿੱਚ ਹੀ ਰਹਿਣ ਦਿੱਤਾ ਜਾਵੇ? ਨਹੀਂ ਜੀ, ਨਹੀਂ, ਦੁਬਧਾ ਵਾਲੀ ਕੋਈ ਗੱਲ ਹੀ ਹੈ ਨੀ, ਦੁਬਧਾ ਵਾਲੇ ਗੱਲ ਹੀ ਨਹੀਂ ਕਰ ਰਹੇ। ਅਮਰਿੰਦਰ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਤੇ ਦੋ ਨਾਂ ਹੋਰ ਵੀ ਜੋੜ ਲਓ, ਭਾਵੇਂ ਕੋਈ ਗੱਲ ਨਹੀਂ ਜੀ, ਇਹ ਦੱਸ ਦਿਓ ਸਰ, ਤੁਸੀਂ ਦੱਸ ਦਿਓ ਗਰੇਵਾਲ ਸਾਹਿਬ, ਮੈਨੂੰ ਨਹੀਂ ਇਸ ਦੀ ਜਾਣਕਾਰੀ ਹੈਗੀ, ਦੱਸ ਦਿਓ ਸਰ ਤੁਸੀਂ ਦੋ ਨਾਮ ਕਿਹੜੇ ਹੋਰ ਜੋੜੀਏ? ਨਹੀਂ ਨਹੀਂ, ਨਿਹੰਗ ਸਿੰਘ ਜਥੇਬੰਦੀਆਂ ਦੇ ਬਾਰੇ ਮੈਂ ਜ਼ਿਕਰ ਕਰ ਰਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਉਹਨਾਂ ਦੀਆਂ ਛਾਉਣੀਆਂ ਵਾ, ਉਹਨਾਂ ਦੇ ਵਿੱਚ ਝਟਕਾ ਚੱਲਦਾ। ਸੋ ਹਜ਼ੂਰ ਸਾਹਿਬ ਦੇ ਜਿਵੇਂ ਜ਼ਿਕਰ ਕੀਤਾ ਉੱਥੇ ਚੱਲ ਰਿਹਾ, ਉਹ ਮੈਂ ਠੀਕ ਹੈ, ਮੈਂ ਇਸ ਗੱਲ ਨੂੰ ਸੇਵਨ ਨਹੀਂ ਕਰਦਾ, ਨਾ ਮੈਂ ਕਿਸੇ ਨੂੰ ਇਸ ਗੱਲ ਦੀ ਚਲੋ ਵੈਸੇ ਨਿੱਜੀ ਤੌਰ ਤੇ ਮੈਂ ਨਹੀਂ ਦੱਸ ਦਿੰਦਾ, ਮੈਂ ਵੀ ਨਹੀਂ ਕਰਦਾ ਸਰ।
ਮੈਨੂੰ ਕਿਸੇ ਨੇ ਰੋਕਿਆ ਨਹੀਂ ਹੋਇਆ ਮੈਂ ਵੀ ਨਹੀਂ ਕਰਦਾ ਸੇਵਨ ਤਾਂ ਮੈਂ ਵੀ ਨਹੀਂ ਕਰਦਾ ਮੈਂ ਵੀ ਨਹੀਂ ਕਰਦਾ ਸੇਵਨ ਜੀ ਸੇਵਨ ਮੈਂ ਵੀ ਨਹੀਂ ਕਰਦਾ ਹਾਂ ਤੁਸੀਂ ਹੁਣ ਆਪਣੀ ਗੱਲ ਰੱਖ ਸਕਦੇ ਹੋ ਗਰੇਵਾਲ ਸਾਹਿਬ ਦੇਖੋ ਜਿਹੜੀ ਗੱਲ ਤੁਸੀਂ ਇਹ ਗੱਲ ਕੀਤੀ ਸੀ ਕਿ ਉਹਨਾਂ ਦੇ ਬਾਰੇ ਕੀ ਸਟੈਂਡ ਲੈਣਾ ਚਾਹੀਦਾ ਇਹ ਇਹ ਜਿਹੜਾ ਮੁੱਦਾ ਵਾ ਕਿਸੇ ਦੇ ਘਰ ਦੇ ਵਿੱਚ ਮੀਟ ਆਂਡਾ ਪਾਇਆ ਗਿਆ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਕਿ ਕਿਸੇ ਦੇ ਘਰੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਸਰੂਪ ਜਿਹੜੇ ਆ ਉਹ ਲਿਆਂਦੇ ਗਏ ਕਈ ਜਿਹੜੀਆਂ ਸੰਪਰਦਾਵਾਂ ਦੇ ਤੋਂ ਉੱਥੋਂ ਲਿਆਂਦੇ ਗਏ ਉਹ ਇਹਦਾ ਇਸ ਗੱਲ ਦਾ ਇਹ ਇੱਕ ਇੱਕ ਆੜ ਲਈ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਆਪਾਂ ਥੋੜਾ ਜਿਹਾ ਇਸ਼ੂ ਕਲੀਅਰ ਕਰ ਲਈਏ ਗਰੇਵਾਲ ਸਾਹਿਬ ਇਸ ਤੋਂ ਪਹਿਲਾਂ ਕਈ ਘਟਨਾਵਾਂ ਵਾਪਰੀਆਂ ਸਰ ਜਿਹੜੇ ਗੁਰੂ ਸਾਹਿਬ ਨੂੰ ਚੋਣ ਵਾਲੇ ਆ ਉਹਨਾਂ ਨੂੰ ਮੰਨਣ ਵਾਲੇ ਆ ਸਰ ਉਹ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਲਿਜਾ ਸਕਦੇ ਆ ਬੀਟ ਸਾਹਿਬ ਲਿਜਾ ਸਕਦੇ ਆ ਉਦੋਂ ਵੀ ਸਰ ਉਹਨਾਂ ਨੂੰ ਕਈਆਂ ਨੇ ਰੋਕਿਆ ਕਿ ਤੁਸੀਂ ਤਾਂ ਉਸ ਡੇਰੇ ਨੂੰ ਮੰਨਦੇ ਹੋ ਇਸ ਕਰਕੇ ਤੁਸੀਂ ਨਹੀਂ ਲਿਜਾ ਸਕਦੇ ਗੇ ਸਰ ਇਹ ਇਕੱਲਾ ਸਤਿਕਾਰ ਕਮੇਟੀ ਦਾ ਮਾਮਲਾ ਨਹੀਂ ਹੈਗਾ ਸਰ ਕਈ ਆਪੇ ਬਣੇ ਪ੍ਰਧਾਨ ਵੀ ਹੈਗੇ ਆ ਜਿਹੜੇ ਜਗ੍ਹਾ ਜਗ੍ਹਾ ਤੇ ਰੋਕਦੇ ਰਹੇ ਆ ਸਰ ਗਰੇਵਾਲ ਸਾਹਿਬ ਮੇਰਾ ਸਵਾਲ ਤਾਂ ਇਹ ਸਰ ਤੁਸੀਂ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਲਿੱਤਾ ਸਰ ਕਿ ਨਹੀਂ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਸਮੇਂ ਦੇ ਅੰਦਰ ਜਿਹੜੀਆਂ ਦੇਹਧਾਰੀ ਗੁਰੂ ਖਾਸ ਤੌਰ 'ਤੇ ਡੇਰਾ ਸਰਸਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜਥੇਬੰਦੀ ਹੋ ਗਈ ਜਿਹੜੇ ਸਿੱਧੇ ਤੌਰ 'ਤੇ ਗੁਰੂ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰਤਾ ਦੀਆਂ ਗੱਲਾਂ ਕਰਦੀਆਂ ਨੇ ਸਿੱਖਾਂ ਦੇ ਨੂੰ ਮੂੰਹ ਚੜਾਉਣ ਵਾਲੀਆਂ ਗੱਲਾਂ ਕਰਦੀਆਂ ਉਹਨਾਂ ਦੇ ਜਿਹੜੇ ਉਹਨਾਂ ਦੇ ਰਹਿਬਰ ਨੇ ਆਗੂ ਨੇ ਉਹਨਾਂ ਦੇ ਉਹਨਾਂ ਲੋਕਾਂ ਦੇ ਕੋਲ ਅਸੀਂ ਇਸ ਗੱਲ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਆਪ ਗੁਰੂ ਗ੍ਰੰਥ ਸਾਹਿਬ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਮੈਂ ਘਟਨਾ ਦੱਸ ਦਿੰਦਾ ਇਹ ਘਟਨਾ ਦੇ ਦੇਖੋ ਇਹ ਬਹੁਤ ਚੰਗੀ ਵਿਚਾਰ ਵਾਲੀ ਗੱਲ ਹੈ ਕਿ ਘਟਨਾ ਵਾਪਰੀ ਆ ਕਿ ਸਾਡੇ ਇਸ ਇਲਾਕੇ ਦੇ ਇੱਕ ਪਿੰਡ ਦੇ ਵਿੱਚ ਇੱਕ ਇੱਕ ਜੋੜਾ ਜਿਹੜਾ ਮੀਆਂ ਬੀਬੀ ਉਹ ਸਰਸੇ ਵਾਲੇ ਦੇ ਡੇਰੇ ਜਾਂਦਾ ਪਰ ਉਹਦਾ ਬੇਟਾ ਜਿਹੜਾ ਵਾ ਉਹ ਸਰਸੇ ਵਾਲੇ ਦੇ ਡੇਰੇ ਨਹੀਂ ਜਾਂਦਾ ਉਹ ਬਾਹਰ ਡਬਈ ਵਿੱਚ ਰਹਿ ਰਿਹਾ ਉਹਦੇ ਬੱਚਾ ਹੁੰਦਾ ਉਹਨੇ ਮਨ ਵਿੱਚ ਇਹ ਗੱਲ ਧਾਰਨਾ ਬਣਾਈ ਕਿ ਮੈਂ ਘਰੇ ਆ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਣਾ ਸੋ ਬੜਾ ਇਸ ਗੱਲ ਦੀ ਡਾਉਣੀ ਪੈਦਾ ਹੋ ਗਈ ਹੁਣ ਜਿਹੜੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਉਹ ਇਸ ਗੱਲ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਇਹ ਸਹਿਮਤ ਕਰ ਲੈਣਗੇ ਉੱਥੇ ਕੀ ਹੋਇਆ ਕਿ ਉਹ ਜਿਹੜਾ ਲੜਕਾ ਸੀ ਉਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਕਿ ਮੈਂ ਇਸ ਬੰਦੇ ਦਾ ਪੁੱਤਰ ਮੇਰਾ ਬਾਪ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ ਪਰ ਮੈਂ ਆਪ ਤੇ ਮੇਰੀ ਜਿਹੜੀ ਧਰਮ ਸਪਤਨੀ ਆ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੇ ਹਾਂ ਉਹ ਸਾਡੇ ਮਨ ਦੀ ਭਾਵਨਾ ਵਾ ਤੇ ਸਿੱਖਾਂ ਨੇ ਉਸ ਦੀ ਭਾਵਨਾ ਨੂੰ ਮੰਨਦਿਆਂ ਹੋਇਆ ਉਸਦੇ ਘਰ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਏ ਉਸਦੇ ਪਰਿਵਾਰ ਨੇ ਉਹਨੇ ਆਪ ਉਹਦੀ ਬੀਵੀ ਨੇ ਉਹਨਾਂ ਨੇ ਸਨਮਾਨ ਕੀਤਾ ਸਤਿਕਾਰ ਕੀਤਾ ਇਸ ਤਰ੍ਹਾਂ ਦੇ ਵਿੱਚ ਹਰ ਗੱਲ ਦੇ ਵਿੱਚ ਗੱਲ ਜਿਹੜੀ ਆ ਉਹ ਸਮਝ ਆਉਂਦੀ ਵੀ ਆ ਤੇ ਉਹਦੇ ਨਾਲ ਸਹਿਮਤੀ ਵੀ ਹੁੰਦੀ ਆ ਉਹ ਜਿਹੜੀ ਗੱਲ ਟੋਟਲ ਸਾਡੇ ਖਿਲਾਫ਼ ਜਾਂਦੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਸਤਿਕਾਰ ਹੀ ਨਹੀਂ ਕਰਦਾ ਜੋ ਮਸਲਾ ਲੱਗਦਾ ਸਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਗਾ ਜਿਹਨਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਸਰ ਉਹਨਾਂ ਨੂੰ ਮਾਫ਼ੀ ਤਾਂ ਤੁਸੀਂ ਖੁਦ ਦੇ ਰਹੇ ਹੋ ਗੁਰੂ ਦਾ ਗਿਆਨ ਹੈ ਜਿੰਨਾ ਵੰਡੋਗੇ ਸਰ ਵਧੇਗਾ ਉਨਾ ਪਸਾਰ ਹੋਊਗਾ ਉਹਨਾਂ ਲੋਕਾਂ ਨੂੰ ਗੁਰਮਤ ਦਾ ਚਾਨਣ ਹੋਊਗਾ ਸਰ ਇਹ ਤਾਂ ਤੁਸੀਂ ਵੰਡਿਆ ਕਰੋ ਨਾ ਤੁਸੀਂ ਮਰਿਆਦਾ ਸਿਖਾਓ ਜੈਦਾਰ ਸਾਹਿਬ ਕਹਿ ਰਹੇ ਗੁਰਮਤ ਗੁਰਮਤ ਦਾ ਚਾਨਣ ਕਰਾਇਆ ਜਾ ਸਕਦਾ ਗੁਰਮਤ ਦੀ ਰੋਸ਼ਨੀ ਸਮਝਾਇਆ ਜਾ ਸਕਦਾ ਉਹਦੀ ਮਾਫ਼ੀ ਨਹੀਂ ਠੀਕ ਸੀ ਮਾਫ਼ੀ ਗਲਤ ਸੀ ਮਾਫ਼ੀ ਵਾਪਸ ਹੋਈ ਜਸੇਦਾਰ ਸਾਹਿਬਾਨ ਨੇ ਜਦੋਂ ਆਪ ਦਾ ਉਹਨਾਂ ਦੀ ਆਪਦਾ ਟਰਮ ਪੂਰੀ ਹੋਈ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਚਲੋ ਮੈਨੂੰ ਇਹ ਦੱਸ ਦਿਓ ਗੁਰਮਤ ਸਾਹਿਬ ਗੁਰਮਤ ਸਾਹਿਬ ਮੈਨੂੰ ਇਹ ਦੱਸ ਦਿਓ ਸਤਿਕਾਰ ਕਮੇਟੀ ਦੇ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ ਦੇਖੋ ਸਤਿਕਾਰ ਕਮੇਟੀ ਦਾ ਅਸਲ ਜਿਹੜਾ ਫਰਜ਼ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਨਾ ਨਾ ਕਿ ਲੋਕਾਂ ਨੂੰ ਗੁਰੂ ਨਾਲੋਂ ਤੋੜਨਾ ਜਾਂ ਕਿਸੇ ਵੀ ਗਰੇਵਾਲ ਸਾਹਿਬ ਪਹਿਲਾਂ ਤੁਸੀਂ ਚੁੱਪ ਰਹੇ ਇਹਦਾ ਮਤਲਬ ਐਂ ਲੱਗਦਾ ਸੀ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਅੱਜ ਇਹ ਮਾਮਲਾ ਤੁਹਾਡੇ ਕੋਲ ਆ ਗਿਆ ਤਾਂ ਹੁਣ ਤੁਸੀਂ ਕਹਿ ਰਹੇ ਹੋ ਸਤਿਕਾਰ ਕਮੇਟੀ ਦਾ ਕੰਮ ਇਹ ਹੁੰਦਾ ਆ ਨਹੀਂ ਹੁੰਦਾ ਗਾ ਜੇ ਤੁਸੀਂ ਸਰ ਪਹਿਲਾਂ ਵਰਜ ਦਿੰਦੇ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਤਾਂ ਸ਼ਾਇਦ ਇਹ ਨੌਬਤ ਨਾ ਹੁੰਦੀ ਅੱਜ ਅਸੀਂ ਚਰਚਾ ਨਾ ਕਰਦੇ ਹੁੰਦੇ ਗਰੇਵਾਲ ਸਾਹਿਬ ਕੇਪੀ ਜੀ ਵਰਜਣ ਵਾਲੀ ਗੱਲ ਨਹੀਂ ਗੀ ਸਾਡਾ ਆਹਮਣੋ ਸਾਹਮਣਾ ਵੀ ਬਹੁਤ ਵਾਰ ਹੋਇਆ ਤੁਸੀਂ ਵਰਜਣ ਦੀ ਗੱਲ ਕਰਦੇ ਹਾਂ ਉਹਨਾਂ ਨਾਲ ਆਹਮਣੋ ਸਾਹਮਣਾ ਵੀ ਬਹੁਤ ਵਾਰ ਹੋਇਆ ਉਹ ਆਪਣੇ ਆਪ ਦੇ ਵਿੱਚ ਇਹ ਸੰਸਥਾਵਾਂ ਜਿਹੜੀਆਂ ਵਾ ਉਹਨਾਂ ਨੂੰ ਸਮਝਣਾ ਚਾਹੀਦਾ ਅਕਾਲ ਤਖ਼ਤ ਸਾਹਿਬ ਦੇ ਜੈਦਾਰ ਸਾਹਿਬ ਨੇ ਇਸ ਗੱਲ ਲਈ ਜਿਹੜਾ ਕਹਿੰਦੇ ਹੁੰਦੇ ਆ ਅੱਗੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਬਾਰੇ ਸਮੁੱਚੀ ਸੰਗਤ ਨੂੰ ਨਾਲ ਲੈ ਕੇ ਉਹਨਾਂ ਦੀ ਰਾਏ ਲੈ ਕੇ ਇਹਦੇ ਬਾਰੇ ਚੰਗੇ ਠੋਸ ਕਦਮ ਜ਼ਰੂਰ ਚੁੱਕੇ ਜਾਣਗੇ ਮੈਨੂੰ ਬੜੀ ਵੱਡੀ ਆਸ ਆ ਚਲੋ ਇੱਕ ਛੋਟਾ ਬ੍ਰੇਕ ਲੈ ਰਹੇ ਹਾਂ ਸਰ ਬ੍ਰੇਕ ਤੋਂ ਵਾਪਸ ਆਵਾਂਗੇ ਸੰਗਤ ਨਾਲ ਧੱਕੇਸ਼ਾਹੀ ਕਿਉਂ ਪੂਰੀ ਸੰਗਤ ਦਾ ਮਾਮਲਾ ਹੈ ਪੂਰੀ ਕੌਮ ਦਾ ਮਾਮਲਾ ਹੈਗਾ ਹੈ ਇਸ ਨੂੰ ਇਸ ਨਜ਼ਰੀਏ ਨਾਲ ਸਮਝਣਾ ਪਵੇਗਾ ਕਿ
ਜਿੱਥੇ ਜਿੱਥੇ ਵੀ ਕੋਈ ਗੁਰੂ ਦਾ ਸਿੱਖ ਬੈਠਾ, ਜਿੱਥੇ ਨਾਨਕ ਨਾਮ ਲੈ ਵਾ ਸੰਗਤ ਬੈਠੀ ਆ, ਉਹਨਾਂ ਦੇ ਕੋਲੇ ਇੱਕ ਜੇ ਇਹ ਸੁਨੇਹਾ ਜਾਂਦਾ ਹੈਗਾ ਤਾਂ ਇਸ ਸੁਨੇਹੇ ਦਾ ਬਹੁਤ ਗਲਤ ਮਤਲਬ ਜਾਂਦਾ ਹੈ। ਅਤੇ ਉਸ ਮਤਲਬ ਨੂੰ ਸਮਝਾਉਣ ਦੇ ਲਈ ਮਰਿਆਦਾ ਨੂੰ ਸਮਝਣਾ ਪਵੇਗਾ, ਅਤੇ ਮਰਿਆਦਾ ਨੂੰ ਸਮਝਾਉਣ ਦੇ ਲਈ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਪੰਜ ਤਖਤਾਂ ਦੇ ਜਿਹੜੇ ਸਿੰਘ ਸਾਹਿਬਾਨ ਆ, ਉਹਨਾਂ ਨੂੰ ਕੋਈ ਠੋਸ ਫੈਸਲਾ ਲੈਣਾ ਪਵੇਗਾ, ਕਿਉਂਕਿ ਸਾਰਾ ਮਾਮਲਾ ਰਹਿਤ ਮਰਿਆਦਾ ਦੇ ਨਾਲ ਜੁੜਿਆ ਹੋਇਆ। ਰਹਿਤ ਮਰਿਆਦਾ ਬਾਰੇ ਜੋ ਤੀਕਰ ਅਸੀਂ ਸਾਫ਼ ਅਤੇ ਸਪੱਸ਼ਟ ਸਾਰਿਆਂ ਨੂੰ ਨਹੀਂ ਦੱਸ ਸਕਾਂਗੇ, ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਰਹਿਣਗੇ। ਪਰ ਸਾਡਾ ਕੰਮ ਹੈ ਕਿ ਕੌਮ ਵਿੱਚ ਫੁੱਟ ਨਾ ਪਵੇ, ਜਿਹੜੀ ਭਾਈਚਾਰਕ ਸਾਂਝ ਆ ਉਹ ਟੁੱਟੇ ਨਾ, ਇਸ ਕਰਕੇ ਅਸੀਂ ਇਹਨਾਂ ਮੁੱਦਿਆਂ ਨੂੰ ਚੱਕਦੇ ਹਾਂ, ਅਤੇ ਤਾਂ ਜੋ ਤੁਹਾਨੂੰ ਵੀ ਸਮਝ ਆ ਸਕੇ ਅਸਲ ਵਿੱਚ ਮਾਮਲਾ ਹੈ ਕੀ ਹੈ ਅਤੇ ਕਮਜ਼ੋਰੀ ਹੈ ਕਿੰਦੀ ਹੈ। ਵਾਪਸ ਆ ਰਹੇ ਹਾਂ। ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਇਸ ਡਿਬੇਟ ਦੇ ਵਿੱਚ, ਸੰਗਤ ਦਾ ਤਕਸ਼ਾਹੀ ਕਰਨ ਵਾਲਿਆਂ ਨੂੰ ਜਥੇਦਾਰ ਦੀ ਤਾੜਨਾ ਕਿੰਨੀ ਸਮਝ ਆਵੇਗੀ। ਅਮਰਿੰਦਰ ਸਿੰਘ ਜੀ, ਸਰ ਜਿਹੜੀ ਪੁਲਿਸ ਕੰਪਲੇਂਟ ਵਾਲਾ ਜ਼ਿਕਰ ਹੋ ਰਿਹਾ ਸੀਗਾ, ਪੁਲਿਸ ਕੰਪਲੇਂਟ ਉਹਨਾਂ ਨੇ ਕੀਤੀ ਹੋਈ, ਉਹਨਾਂ ਦੇ ਬਿਆਨ ਵੀ ਦਰਜ ਹੋਣੇ ਆ। ਸਵਾਲ ਇਹ ਹੈਗਾ ਕਿ ਮਾਮਲਾ ਹੁਣ ਜੇ ਪੁਲਿਸ ਕੋਲ ਜਾਊਗਾ ਫਿਰ ਕਈ ਮਾਮਲੇ ਖੜ੍ਹੇ ਹੋ ਜਾਣਗੇ, 295 ਵਾਲਾ ਵੀ ਮਾਮਲਾ ਖੜ੍ਹਾ ਹੋ ਸਕਦਾ। ਸਵਾਲ ਹੈਗਾ ਅਮਰਿੰਦਰ ਸਿੰਘ ਜੀ, ਸਿੱਖ ਜਥੇਬੰਦੀਆਂ ਜਾਂ ਕੌਮ ਦੇ ਨੁਮਾਇੰਦੇ ਆ ਜਿਹੜੇ, ਉਹ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਦਿਲਚਸਪੀ ਉਹਨਾਂ ਦੀ ਹੈ ਜਾਂ ਸਿਰਫ ਇਕੱਲੀ ਤਾੜਨਾ ਦੇ ਕੇ ਆਪਦੀ ਜ਼ਿੰਮੇਵਾਰੀ ਨਿਭਾਉਣੀ ਹੈ? ਅਮਰਿੰਦਰ ਸਿੰਘ ਜੀ, ਦੇਖੋ ਆਪਣਾ KP ਜੀ, ਮੈਂ ਇਸ ਧਾਰਨਾ ਦਾ ਹੈਗਾ ਕਿ ਬਈ ਇਹ ਖਾਲੀ ਆਪਾਂ ਸਤਿਕਾਰ ਕਮੇਟੀ ਨੂੰ ਦੋਸ਼ੀ ਬਣਾ ਕੇ ਮਸਲਾ ਹੱਲ ਨਹੀਂ ਹੋ ਜਾਏਗਾ ਕਿ ਬਈ ਉਹ ਗੁਨਾਹਗਾਰ ਹੈ ਤੇ ਦੋਸ਼ੀ ਹੈ ਤੇ ਗੱਲ ਹੋ ਜਾਏਗੀ। ਗੱਲ ਇਹ ਹੈ ਕਿ ਬਈ ਜਿਹੜੀ ਮੈਂ ਰਹਿਤ ਮਰਿਆਦਾ ਦੀ ਗੱਲ ਕੀਤੀ ਆ ਉਹਦੇ ਵਿੱਚ ਇੱਕ ਜਿਹੜਾ ਐਸਪੈਕਟ ਹੈਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਅਸੀਂ SGPC ਵੱਲੋਂ ਇਹ ਗੱਲ ਪ੍ਰਮੋਟ ਹੀ ਨਹੀਂ ਕੀਤੀ ਗਈ ਕਿ ਬਈ ਲੋਕੀ ਜਿਹੜਾ ਹੈਗਾ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰਨ, ਸੈਂਚੀਆਂ ਰੱਖ ਲੈਣ, ਬਾਣੀ ਪੜ੍ਹਨੀ ਆ ਸੈਂਚੀਆਂ ਚੋਂ ਪੜ੍ਹ ਲੈਣ, ਗੁਟਕੇ ਚੋਂ ਪੜ੍ਹ ਲੈਣ, ਉਹਦਾ ਜਿਹੜਾ ਹੈਗਾ ਉਹਦੇ ਉੱਪਰ ਇੰਨੀ ਜ਼ਿਆਦਾ ਮਰਿਆਦਾ ਮਤਲਬ ਉਹਦਾ ਸਤਿਕਾਰ ਦੀ ਬੰਦਿਸ਼ਾਂ ਨਹੀਂ ਹੈ। ਜਦੋਂ ਆਪਾਂ ਕੰਪਾਇਲ ਕੀਤਾ ਹੋਇਆ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਖਦੇ ਹਾਂ ਤੇ ਉਹ ਜਿਹੜੀ ਉਸਦੀ ਮਤਲਬ ਜਿਹੜੀ ਸੰਭਾਲ ਹੈ ਉਹਦੀ ਜਿਹੜੀ ਸੇਵਾ ਹੈ ਉਹਦੇ ਇੱਕ ਪ੍ਰੋਪਰ ਉਹ ਹੈਗਾ ਪੂਰਾ ਮਤਲਬ ਸਿਸਟਮ ਬਣਿਆ ਹੋਇਆ, ਉਹ ਘਰਾਂ ਦੇ ਵਿੱਚ ਨਹੀਂ ਹੋ ਸਕਦਾ। ਉਹ ਚੀਜ਼ ਅਸੀਂ ਆਪਣੀ ਸਾਡੀ ਵੀ ਕਮੀ ਹੈਗੀ ਹੈ, SGPC ਦੀ ਕਮੀ ਆ, ਹੋਰ ਜਥੇਬੰਦੀਆਂ ਦੀ ਕਮੀ ਹੈ, ਇਹਨੂੰ ਸਾਨੂੰ ਪ੍ਰੋਪੋਗੇਟ ਕਰਨਾ ਚਾਹੀਦਾ ਕਿ ਅਸੀਂ ਸੰਗਤ ਨੂੰ ਇਹ ਪ੍ਰੋਪੋਗੇਟ ਕਰੀਏ। ਸਤਿਕਾਰ ਕਮੇਟੀ ਵਾਲਿਆਂ ਨੂੰ ਵੀ ਇਹ ਪ੍ਰੋਪੋਗੇਟ ਕਰਨਾ ਚਾਹੀਦਾ ਕਿ ਸੰਗਤ ਦੇ ਵਿੱਚ ਜਿਹੜੇ ਲੋਕੀ ਜਿਹਨਾਂ ਦੀ ਆਸਥਾ ਗੁਰੂ ਸਾਹਿਬ ਤੇ ਹੈਗੀ ਹੈ, ਜਿਹੜੇ ਗੁਰਬਾਣੀ ਪੜ੍ਹ ਰਹੇ ਹੈ, ਉਹ ਖੁਦ ਹੀ ਕਹਿਣ ਕਿ ਜੀ ਅਸੀਂ ਗੁਰੂ ਮਹਾਰਾਜ ਦੀ ਸੇਵਾ ਸੰਭਾਲ ਉਸ ਪੱਧਰ ਤੇ ਨਹੀਂ ਕਰ ਸਕਦੇ ਜਿਸ ਤਰੀਕੇ ਦੀ ਇਹ ਮੰਗਦੀ ਹੈ, ਤੇ ਅਸੀਂ ਸੈਂਚੀਆਂ ਤੋਂ ਪਾਠ ਕਰ ਲਾਂਗੇ, ਲੇਕਿਨ ਇਹ ਧੱਕੇ ਦੇ ਨਾਲ ਜਿਹੜਾ ਕੰਮ ਕਰਨਾ ਹੈਗਾ ਕੱਲ ਉੱਥੇ ਜਾ ਕੇ ਕੰਮ ਵਿਗੜਦਾ। ਸੋ ਮਤਲਬ ਹਰ ਬੰਦੇ ਦੀ ਕਿਤੇ ਨਾ ਕਿਤੇ ਕਮੀ ਮੈਂ ਸਮਝਦਾ ਹੈਗੀ ਹੈ, ਤੇ ਅਸੀਂ ਲੋਕਾਂ ਨੂੰ ਵੀ ਅਸੀਂ ਐਜੂਕੇਟ ਨਹੀਂ ਕਰ ਸਕੇ ਪ੍ਰੋਪਰਲੀ ਕਿ ਅਸੀਂ ਖੁਦ ਹੀ ਮਤਲਬ ਲੋਕੀ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਸਨੂੰ ਘਰ ਦੇ ਵਿੱਚ ਨਾ ਲਿਜਾਣ ਦੀ ਜਿੱਦ ਕਰਨ ਕਿ ਅਸੀਂ ਉਹਨੂੰ ਘਰ 'ਚ ਰੱਖਣਾ, ਉਹਨਾਂ ਨੇ ਬਾਣੀ ਪੜ੍ਹਨੀ ਉਹ ਸੈਂਚੀਆਂ ਤੋਂ ਪੜ੍ਹਨ। ਅਮਰਿੰਦਰ ਸਿੰਘ, ਸਤਿਕਾਰ ਕਮੇਟੀ ਦੇ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ? ਦੇਖੋ ਤਾਕਤ ਤਾਂ ਹਰ ਸਿੱਖ ਦੇ ਪਿੱਛੇ ਕੋਈ ਨਾ ਕੋਈ ਕੰਮ ਕਰ ਰਹੀ ਹੈ। ਸਿੱਖ ਕੋਈ ਮਤਲਬ ਜਿਹੜਾ ਫੀਲਡ ਦੇ ਵਿੱਚ ਘੁੰਮ ਰਿਹਾ ਉਹ ਕਿਸੇ ਨਾ ਕਿਸੇ ਦੇ ਨਾਲ ਅਲਾਈਨਡ ਹੈਗਾ, ਇਹਦੇ 'ਚ ਕੋਈ ਦੋਰਾਵਾਂ ਹੈ ਨਹੀਂ, ਕੋਈ ਵਿਰਲਾ ਹੀ ਹੋਏਗਾ ਜਿਹੜਾ ਆਪ ਹੀ ਫਿਰ ਰਿਹਾ। ਸੋ ਮਤਲਬ ਇਹ ਤਾਕਤਾਂ ਤਾਂ ਹੈਗੀਆਂ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ, ਤੇ ਅਸੀਂ ਕਹਿ ਦਿੰਦੇ ਕਿ ਕਿਉਂ ਨਹੀਂ ਬੋਲਦੇ ਪਏ ਅਮਰਿੰਦਰ ਸਿੰਘ ਜੀ? ਹੁਣ ਤਾਂ ਤੁਸੀਂ ਨਾਲ ਸਰ, ਹੁਣ ਤਾਂ ਜਿਹੜੀ ਖੁੱਲੀ ਸਿਆਸਤ ਆ ਉਸ ਵਿੱਚ ਵੀ ਤੁਸੀਂ ਕਦਮ ਰੱਖੇ ਹੋਏ, ਹਜੇ ਵੀ ਖੁੱਲ ਕੇ ਨਹੀਂ ਬੋਲਦੇ ਪਏ ਇਹ ਸਰ? ਇਹ ਜਿੱਥੋਂ ਤੱਕ ਮੈਨੂੰ ਯਾਦ ਹੈ ਅਮਰਿੰਦਰ ਸਿੰਘ ਜੀ, ਮੈਨੂੰ ਕਰੈਕਟ ਵੀ ਕਰ ਦਿਓ, ਜਦੋਂ ਇਹ ਮਾਮਲਾ ਖੜਾ ਹੁੰਦਾ ਦਰਬਾਰ ਸਾਹਿਬ ਦੇ ਕੋਲੇ ਕਿ ਬੋਤਾ ਲੱਗਣੇ ਚਾਹੀਦੇ, ਉਹ ਕਿਹਨੇ ਚੱਕਿਆ ਸੀ? ਸਤਿਕਾਰ ਕਮੇਟੀ ਨੇ ਚੱਕਿਆ ਸੀ? ਉਹ ਵੀ ਸਤਿਕਾਰ ਕਮੇਟੀ ਨੇ ਚੱਕਿਆ ਸੀ, ਹਾਂਜੀ ਹਾਂ। ਉਦੋਂ 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 ਕਿਹੜੇ ਫੈਸਲੇ ਲਏ ਜਾਂਦੇ ਆ ਤੇ ਹੁਣ ਕਿਹੜੇ ਫੈਸਲੇ ਲਏ ਜਾਂਦੇ ਆ ਸਰ? ਇਹਨਾਂ ਦੋਨਾਂ ਚੀਜ਼ਾਂ ਦੇ ਵਿਚਾਲੇ ਮੈਨੂੰ ਕੋਈ ਸਮਝਾ ਦਿਓ, ਕਿਹੜੀ ਤਾਕਤ ਹੈ? ਹੁਣ ਸੌਖਾ ਹੋ ਗਿਆ ਸਵਾਲ ਸਰ ਅਮਰਿੰਦਰ ਸਿੰਘ ਜੀ? ਨਹੀਂ ਦੇਖੋ ਤੁਸੀਂ ਇੰਨਾ ਪ੍ਰੈਸ਼ਰਾਈਜ਼ ਮੈਨੂੰ ਨਾ ਕਰੋ ਕਿ ਮੈਂ ਕਿਸੇ ਨੂੰ ਮਤਲਬ ਗੁਨਾਹਗਾਰ ਠਹਿਰਾਵਾਂ, ਪਰ ਮੈਂ ਇਹ ਬੇਨਤੀ ਇਹ ਕਰਾਂਗਾ ਕਿ ਬਈ ਉਦੋਂ ਸਤਿਕਾਰ ਕਮੇਟੀ ਚੰਗੀ ਸੀ ਜੇ ਉਹ ਮਾਮਲਾ ਉਹਨਾਂ ਨੇ ਉਹ ਚੱਕਿਆ, ਸਤਿਕਾਰ ਕਮੇਟੀ ਉਦੋਂ ਚੰਗੀ ਸੀ ਅਮਰਿੰਦਰ ਸਿੰਘ? ਨਹੀਂ ਉਹਦੇ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਇਨਵੋਲਵ ਨਹੀਂ ਸੀਗਾ, ਉਹਦੇ ਦਰਬਾਰ ਸਾਹਿਬ ਦੀ ਜਿਹੜੀ ਮਤਲਬ ਅਜ਼ਮਤ ਸੀਗੀ ਉਹ ਇਨਵੋਲਵ ਸੀਗੀ ਕਿ ਵੀ ਉੱਥੇ ਜਿਹੜੀ ਸੰਗਤ ਜਾ ਰਹੀ ਹੈ ਤੇ ਉਹਨਾਂ ਦੇ ਭੰਗੜੇ ਭੁੰਗੜੇ ਵਾਲੇ ਜਿਹੜੇ ਲਾਏ ਹੋਏ ਸੀਗੇ। ਮੈਂ ਤਾਂ ਕਹਿ ਰਿਹਾ ਕਿ ਸਤਿਕਾਰ ਕਮੇਟੀ ਸਾਰੇ ਕੰਮ ਗਲਤ ਨਹੀਂ ਕਰ ਰਹੀ, ਇੱਕ ਭਾਵਨਾ ਲੈ ਕੇ ਉਹ ਚੱਲੇ ਹੋਏ ਆ, ਲੇਕਿਨ ਉਸ ਭਾਵਨਾ ਨੂੰ ਥੋੜਾ ਜਿਹਾ ਉਹਨਾਂ ਨੂੰ ਸਟ੍ਰੀਮਲਾਈਨ ਕਰਨਾ ਪਏਗਾ। ਠੀਕ ਹੈ ਅਮਰਿੰਦਰ ਸਿੰਘ, ਗਰੇਵਾਲ ਸਾਹਿਬ, ਸਤਿਕਾਰ ਕਮੇਟੀ ਸਾਰੇ ਕੰਮ ਗਲਤ ਨਹੀਂ ਕਰ ਰਹੀ ਅਮਰਿੰਦਰ ਸਿੰਘ ਕਹਿ ਰਹੇ, ਤੁਸੀਂ ਵੀ ਸਰ ਸਹਿਮਤ ਹੋ ਇਸ ਨਾਲ? ਦੇਖੋ ਜੀ, ਮੈਂ ਫਿਰ ਇਹ ਗੱਲ ਕੀਤੀ ਆ ਕਿ ਸਰਕਾਰ ਕਮੇਟੀਆਂ ਇੱਕ ਨਹੀਂ ਹੈਗੀਆਂ, ਸਰਕਾਰ ਕਮੇਟੀਆਂ ਬਹੁਤ ਨੇ, ਮੈਨੂੰ ਲੱਗਦਾ ਦਰਜਨ ਤੋਂ ਉੱਪਰ ਹੋਣਗੀਆਂ। ਤੁਹਾਡੇ ਵੱਲੋਂ ਕਿਹੜੀ ਮਾਨਤਾ ਪ੍ਰਾਪਤ ਹੈ ਗਰੇਵਾਲ ਸਾਹਿਬ? ਮਾਨਤਾ ਕੋਈ ਨਹੀਂ, ਮਾਨਤਾ ਕਿਸੇ ਨੂੰ ਨਹੀਂ ਜੀ ਇਸ ਗੱਲ ਦੀ, ਮਾਨਤਾ ਹਰ ਸਿੱਖ ਗੁਰੂ ਪ੍ਰਤੀ ਸਤਿਕਾਰ ਕਮੇਟੀ ਹੈ, ਹਰ ਸਿੱਖ ਆਪਣੇ ਤੌਰ ਤੇ ਸਤਿਕਾਰ ਕਮੇਟੀ ਹੈ। ਸੋ ਇੱਥੇ ਮਾਨਤਾ ਵਾਲੀ ਕੋਈ ਤੇ ਨਾ ਮਾਨਤਾ ਵਾਲੀ ਕੋਈ ਗੱਲ ਨਹੀਂ ਸਰ। ਜਿਨ੍ਹਾਂ ਨੇ ਗਰੇਵਾਲ ਸਾਹਿਬ, ਜਿਨ੍ਹਾਂ ਨੇ ਮਾਮਲਾ ਚੱਕਿਆ ਸੀਗਾ ਦਰਬਾਰ ਸਾਹਿਬ ਦੇ ਨੇੜੇ ਕਿ ਸਾਡੀ ਜਿਹੜੀ
ਨਹੀਂ ਜੀ ਨਹੀਂ, ਕਿਸੇ ਦੀ ਸਤਿਕਾਰ ਕਮੇਟੀ ਕੋਈ ਪ੍ਰਮਾਣਿਤ ਨਹੀਂ ਹੈਗੀ। ਆਪਣੇ ਤੌਰ ਤੇ ਸਿੱਖ ਜਿਹੜੇ ਆ ਉਹ ਇਸ ਗੱਲ ਲਈ ਕੰਮ ਕਰਦੇ ਆ। ਹੁਣ ਤੁਸੀਂ ਗੁਰਦੁਆਰਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਦੇਖੋ, ਨੌਜਵਾਨ ਉੱਥੇ ਪਿੰਡ ਦੇ ਹੁੰਦੇ ਨੇ, ਉਹਨਾਂ ਦੇ ਨਾਲ ਸਤਿਕਾਰ ਕਮੇਟੀ ਹੁੰਦਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਦੇ ਘਰ ਜਾਣਾ ਹੁੰਦਾ ਤਾਂ ਉਹ ਸਾਰੇ ਰਸਤੇ 'ਚ ਟਾਟ ਵਿਛਾਉਂਦੇ ਆ, ਛਿੜਕਾਅ ਕਰਦੇ ਆ, ਛਤਰ ਲੈ ਕੇ ਜਾਂਦੇ ਆ, ਉਹ ਵੀ ਸਤਿਕਾਰ ਕਮੇਟੀ ਆ। ਜਿਹੜੇ ਮਿਸਟਰ ਬਲਵੀਰ ਸਿੰਘ ਮੁੱਛਲ ਹੈ, ਉਹਨਾਂ ਨੂੰ ਜਾਣਦੇ ਹੋ ਤੁਸੀਂ ਗਰੇਵਾਲ ਸਾਹਿਬ? ਨਹੀਂ, ਚੰਗੀ ਤਰ੍ਹਾਂ ਜਾਣਦਾ ਜੀ। ਇਹਨਾਂ ਦੀ ਸਤਿਕਾਰ ਕਮੇਟੀ ਨੇ ਜਸਵੰਤ ਸਿੰਘ ਹਰਾਂ ਦੇ ਕੋਲੋਂ ਇਹ ਬੀਟ ਸਾਹਿਬ ਉਹਨਾਂ ਦੇ ਘਰੋਂ ਚੁਕਾਈ ਹੈ? ਬਿਲਕੁਲ ਬਿਲਕੁਲ, ਜਾਣਕਾਰੀ ਇਹੀ ਪਤਾ ਲੱਗੀ ਤੁਹਾਡੇ ਤੋਂ। ਇਹ ਕਹਿ ਰਿਹਾ ਕਿ ਜਿਹੜਾ ਆਂਡਾ ਮੀਟ ਖਾਣ ਵਾਲੇ ਨਿਹੰਗ ਸਿੰਘਾਂ ਨੂੰ ਵੀ ਇਸਦਾ ਸੇਵਨ ਕਰਨ ਤੋਂ ਜ਼ਰੂਰ ਰੋਕਾਂਗੇ ਅਤੇ ਰੋਕਦੇ ਵੀ ਰਹੇ ਹਾਂ। ਇਹਨਾਂ ਦਾ ਇਹ ਬਿਆਨ ਹੈ ਸਰ, ਪੂਰਾ ਨਾਲ ਨਾਲ ਚੱਲਦਾ ਵੀ ਪਿਆ। ਉਹ ਕਹਿੰਦੇ ਅਸੀਂ ਜੋ ਕੀਤਾ ਬਿਲਕੁਲ ਠੀਕ ਕੀਤਾ, ਉਹ ਤਾਂ ਹਜੇ ਵੀ ਕਹਿ ਰਿਹਾ, ਤੁਸੀਂ ਕਹਿ ਰਹੇ ਗਲਤ ਕੀਤਾ। ਦੇਖੋ ਜੀ, ਗੱਲ ਹੈ, ਮੈਂ ਕਦੋਂ ਕਹਿ ਰਿਹਾ ਗਲਤ ਕੀਤਾ, ਚੰਗਾ ਕੀਤਾ, ਕਰਨ ਦਾ ਢੰਗ ਗਲਤ ਆ, ਕਿਉਂਕਿ ਮੇਰੇ ਕੋਲ ਪੂਰਾ ਉਸ ਹਾਲਾਤਾਂ ਦੇ ਬਾਰੇ ਪੂਰੀ ਖੁੱਲ ਕੇ ਜਾਣਕਾਰੀ ਨਹੀਂ, ਤੁਹਾਡੇ ਤੋਂ ਹੀ ਸਰ ਮਿਲੀ ਆ। ਪਰ ਇਸ ਤਰ੍ਹਾਂ ਦਾ ਕੋਈ ਅਧਿਕਾਰ ਨੀਗਾ ਕਿਸੇ ਨੂੰ ਕਿ ਕਿਸੇ ਦੇ ਘਰੋਂ ਪਤਾ ਵੈਸੇ ਤੁਹਾਨੂੰ ਸਭ ਕੁਝ। ਸੁਣ ਲਓ, ਨਹੀਂ ਪਤਾ, ਮੈਂ ਸਹੀ ਗੱਲ ਕਰਦਾ। ਮੈਂ ਫੋਨ ਲਾਇਆ ਸੀ ਤੁਹਾਡੀ ਡਿਬੇਟ ਤੋਂ ਪਹਿਲਾਂ ਫੋਨ ਲਾਇਆ, ਉਹਨਾਂ ਨੇ ਮੇਰੀ ਗੱਲ ਨਹੀਂ ਹੋ ਸਕੀ, ਉਹਨਾਂ ਕੋਲ ਜਾਣਕਾਰੀ ਨਹੀਂ ਮਿਲ ਸਕੀ। ਪਰ ਮੈਂ ਇਹ ਫਿਰ ਇਹ ਕਹਿੰਦਾ ਕਿ ਜਿਵੇਂ ਅਮਰਿੰਦਰ ਜੀ ਨੇ ਗੱਲ ਕੀਤੀ ਹੈ ਕਿ ਉਦੋਂ ਜਾਣ ਤੋਂ ਪਹਿਲਾਂ ਇਹ ਨਿਹੰਗ ਸਿੰਘਾਂ ਦੀ ਛਾਉਣੀ ਸਾਨੂੰ ਜਾਣਾ ਚਾਹੀਦਾ, ਪਰ ਇੱਕ ਗਰੀਬ ਸਿੱਖ ਦੇ ਘਰੇ ਅਸੀਂ ਇਸ ਤਰ੍ਹਾਂ ਦੇ ਕਰਕੇ ਜਾਵੇ? ਵੇਖੋ, ਨਾਲੇ ਹੋਰ ਗੱਲ ਮੈਂ ਕਹਿੰਦਾ, ਹਰ ਗੱਲ ਦਾ ਇੱਕ ਮਰਿਆਦਾ ਹੁੰਦੀ ਆ। ਕਿਸੇ ਦੇ ਘਰੇ ਗੁਰੂ ਗ੍ਰੰਥ ਸਾਹਿਬ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਭ ਸਿੱਖਾਂ ਦੇ ਮਨ ਦੇ ਅੰਦਰ ਆ, ਕਿਸੇ ਨੂੰ ਕੋਈ ਇਤਰਾਜ਼ ਆ, ਸਭ ਤੋਂ ਪਹਿਲੀ ਗੱਲ ਆ ਕਿ ਉਹ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰੇਗਾ, ਅਕਾਲ ਤਖਤ ਸਾਹਿਬ ਤੋਂ ਕੋਈ ਉੱਥੇ ਕਮੇਟੀ ਆਏਗੀ, ਫਿਰ ਇਹਦੇ ਨਾਲ ਦੀ ਨਾਲ ਪ੍ਰਸ਼ਾਸਨ ਕੋਲ ਇਸ ਗੱਲ ਦਾ ਜਿਵੇਂ ਕਹਿੰਦੇ ਅਧਿਕਾਰ ਹੈ ਕਿ ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਜਾਂ ਬੇਅਦਬੀ ਦੇ ਸੰਬੰਧ ਦੇ ਵਿੱਚ ਕੋਈ ਵੀ ਗੱਲ ਕਹਿਣੀ ਚਾਹੁੰਦਾ ਤਾਂ ਉਹ ਕਾਨੂੰਨ ਤੌਰ ਤੇ 295 ਪੂਰੀ ਗੱਲ ਕਰਨਾ ਕਿ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ਼ ਹਾਂ ਕਿ ਜਿਹੜਾ ਢੰਗ ਵਰਤਿਆ ਗਿਆ, ਕਿਉਂਕਿ ਇਸ ਗੱਲ ਦੇ ਨਾਲ ਸਿੱਖਾਂ ਦੇ ਮਨ ਦੇ ਅੰਦਰ ਬਹੁਤ ਸਾਰੀ ਇੱਕ ਦਹਿਸ਼ਤ ਵੀ ਪੈਂਦੀ ਆ, ਤੇ ਕਿਉਂਕਿ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇੱਕ ਮਰਿਆਦਾ ਬਣਾਉਣੀ ਚਾਹੀਦੀ ਆ। ਗਰੇਵਾਲ ਸਾਹਿਬ, ਜਿਹੜੀਆਂ ਪਹਿਲਾਂ ਦੀਆਂ ਸ਼ਿਕਾਇਤਾਂ ਸਰ, ਉਹਨਾਂ ਦੀ ਪੜਤਾਲ ਕਦੋਂ ਤੱਕ ਪੂਰੀ ਹੋ ਜੂਗੀ, ਉਹਨਾਂ ਦਾ ਨਿਬੇੜਾ ਕਦੋਂ ਤੱਕ ਹੋਊਗਾ? ਜਜਦਾ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਪੈਂਡਿੰਗ ਹੈ। ਪੈਂਡਿੰਗ ਹੈ ਜੀ, ਕੁਝ ਪੈਂਡਿੰਗ ਹੋਣਗੀਆਂ, ਮੈਨੂੰ ਉਸ ਬਾਰੇ ਪੂਰੀ ਜਾਣਕਾਰੀ ਨਹੀਂ, ਪੈਂਡਿੰਗ ਹੋਣਗੀਆਂ, ਪਰ ਬਹੁਤ ਸਾਰੇ ਮਸਲੇ ਜਿਹੜੇ ਆ ਉੱਥੇ ਬੁਲਾ ਕੇ ਉਹ ਮਸਲੇ ਜਿਹੜੇ ਆ ਹੱਲ ਹੁੰਦੇ ਰਹੇ। ਚਲੋ ਗਰੇਵਾਲ ਸਾਹਿਬ, ਇਹ ਡਿਬੇਟ ਦਾ ਨਿਚੋੜ ਮੈਂ ਇਸ 'ਤੇ ਸਮਾਪਤ ਕਰਾਂ ਕਿ ਇਹ ਸਾਰਾ ਮਾਮਲਾ ਰਹਿਤ ਮਰਿਆਦਾ ਦਾ, ਇਸ ਕਰਕੇ ਇਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਆ, ਇੱਥੇ ਖਤਮ ਕਰਾਂ? ਨਹੀਂ, ਇਹਨੂੰ ਇੱਥੇ ਨਾ ਖਤਮ ਕੀਤਾ ਜਾਵੇ, ਨਹੀਂ, ਇਹ ਇਕੱਲਾ ਜਿਹੜਾ ਇਹ ਮਸਲਾ ਅੱਜ ਦਾ ਵਾ, ਇਹਦੇ ਵਿੱਚ ਇਹ ਗੱਲ ਆਈ ਹੈ, ਇਸ ਤੋਂ ਪਹਿਲਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ, ਬੜੀ ਬੜੀਆਂ ਉੱਥੇ ਬਹੁਤ ਥਾਵਾਂ 'ਤੇ ਇਸ ਤਰ੍ਹਾਂ ਦਾ ਆਂਡਾ ਮੀਟ ਦੇ ਬਾਰੇ ਜ਼ਿਕਰ ਨਹੀਂ ਆਇਆ, ਹੋਰ ਕੋਈ ਗੱਲਾਂ ਆਈਆਂ ਹੋਣਗੀਆਂ। ਇਹ ਗੱਲਾਂ ਜਿਹੜੀਆਂ ਨੇ ਇਹ ਸਾਡੀਆਂ ਸੰਸਥਾਵਾਂ ਨੂੰ ਸੋਚਣਾ ਪਏਗਾ ਕਿ ਸਿੱਖਾਂ ਦੇ ਅੰਦਰ ਇਸ ਤਰ੍ਹਾਂ ਦਾ ਵਰਤਾਰਾ ਬੰਦ ਕਰਤਾ ਜਾਵੇ, ਗੁਰੂ ਪ੍ਰਤੀ ਸਤਿਕਾਰ ਤੇ ਗੁਰੂ ਪ੍ਰਤੀ ਲੋਕਾਂ ਨੂੰ ਇਸ ਨੂੰ ਇਸ ਨੋਟ ਤੇ ਲੈ ਕੇ ਸਤਿਕਾਰ ਕਮੇਟੀ ਬਣਾਉਣੀ ਚਾਹੀਦੀ ਆ। ਇਸ ਨੂੰ ਇਸ ਨੋਟ ਤੇ ਐਂਡ ਕਰਾਂ ਕਿ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾ ਪਾ ਰਹੀ ਤਾਂ ਇਹੋ ਜਿਹੀਆਂ ਕਮੇਟੀਆਂ ਬਣ ਰਹੀਆਂ ਤੇ ਉਹਨਾਂ ਤੇ ਸਿਆਸਤ ਹੋ ਰਹੀ ਹੈ। ਦੱਸੋ ਕਿੱਥੇ ਨਹੀਂ ਸ਼੍ਰੋਮਣੀ ਕਮੇਟੀ ਨਿਭਾ ਪਾ ਰਹੀ? ਮੈਂ ਇੱਥੇ ਗੱਲ ਕਹਿਣੀ ਚਾਹੁੰਦਾ, ਅਮਰਿੰਦਰ ਜੀ ਨੇ ਇੱਕ ਜ਼ਿਕਰ ਕੀਤਾ ਸੀ, ਮੈਂ ਉਸ ਗੱਲ ਨਾਲ ਸਹਿਮਤ ਨਹੀਂ ਹੋਵਾਂਗਾ, ਕਿਉਂਕਿ ਹਰ ਸਿੱਖ ਦੇ ਮਨ ਦੇ ਅੰਦਰ ਗੁਰੂ ਪ੍ਰਤੀ ਓਨੀ ਕੁ ਭਾਵਨਾ ਹੈਗੀ ਆ। ਚਲੋ ਠੀਕ ਠੀਕ ਹੈ ਗਰੇਵਾਲ ਸਾਹਿਬ, ਅਮਰਿੰਦਰ ਸਿੰਘ ਮੇਰੀ ਗੱਲ ਪੂਰੀ ਹੋ ਲੈਣ ਦਿਓ, ਬੋਲੋ ਬੋਲੋ, ਥੋੜਾ ਟਾਈਮ ਦਿਓ, ਪੂਰਾ ਟਾਈਮ। ਕਿ ਦੇਖੋ, ਰੋਜ਼ ਅਸੀਂ ਟੀਵੀ ਘਰ ਦੇ ਵਿੱਚ ਲਾਉਂਦੇ ਹਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕਿੰਨੇ ਸਤਿਕਾਰ ਨਾਲ ਦਰਬਾਰ ਸਾਹਿਬ ਲਿਆ ਕੇ ਸ਼ੁਭ ਕੀਤਾ ਜਾਂਦਾ, ਕਿਸ ਤਰ੍ਹਾਂ ਢੰਗ ਨਾਲ ਰੁਮਾਲਾ ਸਾਹਿਬ ਉੱਥੇ ਭੇਟ ਕੀਤੇ ਜਾਂਦੇ ਨੇ, ਕਿੰਨੀ ਵਧੀਆ ਮਰਿਆਦਾ ਹੁੰਦੀ ਆ, ਸਾਰੀ ਮਰਿਆਦਾ ਨੂੰ ਕੀ ਲੋਕ ਦੇਖਦੇ ਨੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਤਹਿਤ ਹੀ ਆ ਨਾ, ਇਸ ਤੋਂ ਵੱਧ ਅਸੀਂ ਦਿਖਾ ਕੀ ਸਕਦੇ ਹਾਂ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਨੇ ਨਾ। ਮੈਂ ਤਾਂ ਤੁਹਾਨੂੰ ਹੋਰ ਕਹਿ, ਗਰੇਵਾਲ ਸਾਹਿਬ ਤੁਹਾਨੂੰ ਹੋਰ ਕਹਿ ਰਿਹਾ, ਜੇ ਟੀਵੀ 'ਤੇ ਸਭ ਕੁਝ ਹੁੰਦਾ ਸਰ, ਸਾਰੇ ਟੀਵੀਆਂ ਨੂੰ ਖੁੱਲ੍ਹ ਦੇ ਦਿਓ, ਹੋਰ ਸਤਿਕਾਰ ਹੈ, ਹੋਰ ਗੁਰਮਤ ਚਾਨਣ ਸਾਰਿਆਂ ਘਰੇ ਪਹੁੰਚ ਜਾਵੇ ਸਰ। ਦੇਖੋ ਜੀ, ਸਾਰੇ ਟੀਵੀ ਚਲਾ ਰਹੇ ਆ, ਕੋਈ ਕਿਸੇ ਥਾਂ। ਅਮਰਿੰਦਰ ਸਿੰਘ ਜੀ ਠੀਕ ਹੈ, ਅਮਰਿੰਦਰ ਸਿੰਘ ਜੀ ਦੌਦਵਾ ਸਾਹਿਬ ਤੋਂ ਚਲਾ ਰਿਹਾ, ਮੈਂ ਸਾਰੇ ਵੱਖੋ ਵੱਖੇ ਗੁਰਦੁਆਰੇ। ਠੀਕ ਹੈ ਗਰੇਵਾਲ ਸਾਹਿਬ, ਤੁਹਾਡਾ ਕਮੈਂਟ ਆ ਗਿਆ। ਅਮਰਿੰਦਰ ਸਿੰਘ, ਕਿਹੜੇ ਨੋਟ ਤੇ ਐਂਡ ਕਰਾਂ ਡਿਬੇਟ? ਮੈਂ ਸਵਾਲ ਤੁਸੀਂ ਸੁਣ ਲਿਆ। ਦੇਖੋ, ਮੇਰਾ ਮੰਨਣਾ ਹੈ ਕਿ ਜਿਹੜੇ ਲੋਕਾਂ ਨੇ ਜਸਵੰਤ ਸਿੰਘ ਦੀ ਸ਼ਿਕਾਇਤ ਸਤਿਕਾਰ ਕਮੇਟੀ ਨੂੰ ਕੀਤੀ ਹੈ, ਜੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ 'ਚ ਕੋਨਫੀਡੈਂਸ ਹੁੰਦਾ ਤੇ ਉਹ ਕੰਪਲੇਂਟ ਸ਼੍ਰੋਮਣੀ ਕਮੇਟੀ ਨੂੰ ਕਰਦੇ, ਤੇ ਸ਼੍ਰੋਮਣੀ ਕਮੇਟੀ ਉੱਥੇ ਬੰਦੇ ਭੇਜਦੀ ਤੇ ਉਹ ਦੇਖਦੀ ਕਿ ਸਤਿਕਾਰ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿਉਂਕਿ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ, ਇਹ ਨਹੀਂ ਪ੍ਰੋਪਰਲੀ ਕੰਮ ਕਰ ਰਹੇ, ਤਾਂ ਲੋਕੀ ਸਤਿਕਾਰ ਕਮੇਟੀ ਕੋਲ ਜਾਂਦੇ ਆ ਕਿ ਜੀ ਤੁਸੀਂ ਆਓ ਤੇ ਇਸ ਨੂੰ ਬਹਾਲ ਕਰੋ। ਸੋ ਇਹ ਇਸ ਤੋਂ ਇਹ ਨਹੀਂ ਭੱਜ ਸਕਦੇ, ਸਾਰੀ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਲੈਣੀ ਪਏਗੀ, ਜਦ ਤੱਕ ਨਹੀਂ ਜ਼ਿੰਮੇਵਾਰੀ ਲੈਣਗੇ ਇਹ ਕੰਮ ਰੁਕੇਗਾ ਨਹੀਂ। ਚਲੋ, ਬਹੁਤ ਧੰਨਵਾਦ ਅਮਰਿੰਦਰ ਸਿੰਘ ਤੁਹਾਡਾ।
एस जी पी सी नाल भी जुड़िया होया मामला सत्कार कमेटी देसा ने जिहड़ियां होर सत्कार कमेटियां आपो अपनियां बनियां उन्हां नाल भी जुड़िया होया पर सारिया ने आपो अपने थावां ते जिम्मेवारियां निभाउणियां किसी ने कुछ गलत किया उसकी की सज़ा होनी चाहिए है उसते की कार्रवाई होनी चाहिए है ये फैसला पंच सिंह सिंहवाना ने करना अकाल तख्त साहब के जथेदार ने करना एस जी पी सी अपने पद्धर से की कर सकती है जिहड़ी सिख संगत अपने पद्धर से वह की कर रही है बहुत सारे सवाल है कि है पर सवाल जसवंत सिंह हरा तो शुरू हो के पूरे कौम का सवाल है कि जे इस पूरे मामले में मर्यादा का पालन नहीं किया जा रहा यदा मतलब कितने ना कितने कोई कमी हैगी है उस कमी को लभ के उसनों दुरुस्त करना चाहिए हालांकि इस डिबेट तो बहुत लोग भजते भी है इस डिबेट के वैजीटेरियन नॉन वैजीटेरियन वाली डिबेट नहीं खड़ा करना चाहते पर साडा काम है दर्शकों तक सही जानकारी पहुँचाई जाए रहत मर्यादा दे विच की जानकारी है की लिखा गया उस बारे तुहानू पता होना चाहिए ये दोनों मेहमानों ने तुहानू बहुत कुछ दस्या हालांकि ये दोनों है जिहड़े बहुत हद तक चीज़ां लुको भी गए हैं वो तुसीं समझ सकते हो किहड़ियां लुकोईयां पर मामला इत्थे रुकन वाला नहीं ये मामले के पिछे जड़ कोई होर है उसनू लभण की जरूरत हैगी बहुत धन्यवाद।